ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦ ਗਿਆਨ ਧਿਆਨ ਕਿਛੁ ਕਰਮ ਨਾ ਜਾਣਾ ਨਾਹਿ ਨ ਨਿਰਮਲ ਕਰਨੀ ਸਾਧ ਸੰਗਤ ਕੇ ਅੰਚਲ ਲਾਵੋ ਬਿਖਮ ਨਦੀ ਜਾਏ ਤਰਨੀ ਸਾਧ ਸੰਗਤ ਕੇ ਅੰਚਲ ਲਾਵੋ ਬਿਖਮ ਨਦੀ ਜਾਏ ਤਰਨੀ ਜੁਗੋ ਜੁਗ ਅਟਲ ਸ਼ਬਦ ਸਤਿਗੁਰੂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਪਾਤਸ਼ਾਹ ਜੀ ਦੀ ਅਜ਼ੀਮ ਅਪਾਰ ਬਖਸ਼ਿਸ਼ ਸਵੇਰ ਸਮੇਂ ਅਸੀਂ ਸਤਸੰਗਤ ਮਾਨਣ ਦੀਆਂ ਕੜੀਆਂ ਪ੍ਰਾਪਤ ਕੀਤੀਆਂ ਨੇ ਅਜੇ ਹੁਣੇ ਅੱਜ ਦਾ ਪਵਿੱਤਰ ਪਾਵਨ ਗੁਰਵਾਕ ਹੁਕਮਨਾਮਾ ਸਾਨੂੰ ਗਿਆਨੀ ਜੀ ਨੇ ਦੁਹਰਾ ਕੇ ਸਰਵਣ ਕਰਵਾਇਆ ਹੈ। ਇਹ ਗੁਰਬਚਨ ਰਾਗ ਟੋਡੀ ਦੇ ਵਿੱਚ ਮਹਲਾ ਪੰਜਵਾਂ ਗੁਰੂ ਅਰਜਨ ਪਾਤਸ਼ਾਹ ਜੀ ਪੰਚਮ ਨਾਨਕ ਜੀ ਦੁਆਰਾ ਉਚਰਿਤ ਕੀਤੀ ਗਈ ਇਹ ਗੁਰਬਖਸ਼ਿਸ਼ ਆ। ਸਵਾਓ ਮਰਿਆਦਿਤ ਢੰਗ ਦੇ ਨਾਲ ਇਹਨਾਂ ਗੁਰਵਾਕਾਂ ਦੀ ਤਕਰੀਰ ਵਿਚਾਰ ਪ੍ਰਾਰੰਭ ਕਰੀਏ। ਜਿਤਨੇ ਕੁ ਜੀ ਹਾਜ਼ਰ ਹੋ ਇੱਕ ਵਾਰ ਸਭ ਪ੍ਰੇਮ ਫਤਿਹ ਬੁਲਾਉਣੀ ਕਹਿ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋ ਪਦਿਆਂ ਦੇ ਬਚਨ ਵਿੱਚ ਪਹਿਲਾ ਪਦਾ ਰਹਾਉ ਦਾ ਬੰਧ ਹੈ ਜਿਹਦੇ 'ਚ ਮੁੱਖ ਸੁਨੇਹਾ ਹੈ। ਗੁਰਦੇਵ ਜ਼ਿਕਰ ਕਰਦੇ ਨੇ ਹਰ ਬਿਸਰਤ ਸਦਾ ਖੁਆਰੀ ਤਾਂ ਕੋ ਧੋਖਾ ਕਹਾਂ ਵਿਆਪੈ ਜਾਂ ਕੋ ਓਟ ਤੁਹਾਰੀ। ਹਰ ਬਿਸਰਤ ਸਦਾ ਖੁਆਰੀ, ਗੁਰਬਾਣੀ ਨੇ ਮਨੁੱਖੀ ਜੀਵਨ ਦੇ ਵਿੱਚ ਦੁੱਖ ਕਮੀ ਗਮੀ ਕਿਸੇ ਕਿਸਮ ਦਾ ਕਿਸੇ ਲੈਵਲ ਦੀ ਖੁਆਰੀ ਦਾ ਮਤਲਬ ਹੁੰਦਾ ਖੁਆਰ ਹੋਣਾ, ਤੰਗ ਹੋਣਾ, ਤੰਗੀ ਵਿੱਚ ਰਹਿਣਾ, ਜੀਵਨ ਦੇ ਅੰਦਰ ਦੁੱਖ ਦਾ ਅਹਿਸਾਸ ਕਰਨਾ। ਇਸ ਸਾਰੇ ਦਾ ਕਾਰਨ ਲੋਕਾਂ ਨੇ ਆਪੋ ਆਪਣੇ ਢੰਗ ਨਾਲ ਬਿਆਨ ਕੀਤੇ ਨੇ। ਜਿਵੇਂ ਕਿਸੇ ਨੂੰ ਵਸਤਾਂ ਦੀ ਕਮੀ ਹੈ, ਪਦਾਰਥ ਦੀ ਕਮੀ ਹੈ, ਕਿਸੇ ਹੋਰ ਰਹਿਣ ਸਹਿਣ ਖਾਣ ਦੀ ਦਿੱਕਤਦਾਰੀ ਦੇ ਵਿੱਚ ਹੈ, ਉਹਨੂੰ ਲੋਕਾਂ ਨੇ ਦੁੱਖ ਮੰਨਿਆ। ਬਾਣੀ ਕਹਿੰਦੀ ਹੈ ਜੀਵਨ ਦਾ ਜ਼ਰੂਰੀ ਹਿੱਸਾ ਆ। ਈਵਨ ਇਹ ਗੁਰੂ ਗ੍ਰੰਥ ਸਾਹਿਬ ਵਿੱਚ ਤੋਂ ਆਪ ਜੀ ਨੂੰ ਪੜ੍ਹਨ ਨਾ ਮਿਲੇਗਾ। ਸਭ ਜ਼ਿਕਰ ਕਰਦੇ ਕੇਤਿਆਂ ਦੁੱਖ ਭੂਖ ਸਦ ਮਾਰ ਇਹ ਪੀ ਦਾਤ ਤੇਰੀ ਦਾਤਾਰ। ਕਿਸੇ ਨੂੰ ਦੁੱਖ ਆ, ਭੁੱਖ ਆ, ਸਦੀਵੀ ਮਾਰਾਂ ਕੁੱਟਾਂ ਨੇ। ਇਹ ਕੋਈ ਉਸ ਲੈਵਲ ਦੀ ਬਾਤ ਨਹੀਂ ਹੈ ਕਿ ਬੰਦਾ ਸੋਚੇ ਕਿ ਇਹ ਕੋਈ ਬਹੁਤ ਜੱਗੋਂ ਤੇਰਵੀਂ ਚੀਜ਼ ਹੋ ਰਹੀ ਹੈ। ਜਿਵੇਂ ਅੱਜ ਅਸੀਂ ਜਿਸ ਮਾਹੌਲ 'ਚ ਲੰਘ ਰਹੇ ਹਾਂ ਪੂਰੀ ਦੁਨੀਆ ਦੇ ਵਿੱਚ, COVID-19 ਜਿਹਨੂੰ ਕਰੋਨਾ ਵਾਇਰਸ ਕਿਹਾ ਜਾ ਰਿਹਾ ਹੈ, ਇਹ ਪੋਸੀਬਿਲਿਟੀ ਹੈ। ਆ ਸਰੀਰ ਆ, ਸਰੀਰ ਦੇ ਵਿੱਚ ਪਤਾ ਨਹੀਂ ਕੀ ਕੁਛ ਅਸੀਂ ਕੈਰੀ ਕਰੀ ਫਿਰਦੇ ਹਾਂ, ਜਿਹਨੂੰ ਵਾਇਰਸ ਕਿਹਾ ਜਾ ਰਿਹਾ ਹੈਗਾ, ਬੜਾ ਇੱਕ ਮਤਲਬ ਇੱਕ ਬੜੀ ਅਦਨੀ ਜਿਹੀ ਚੀਜ਼, ਅੱਖ ਨਾਲ ਤਾਂ ਜ਼ਾਹਰਾ ਤੌਰ 'ਤੇ ਦਿਸਣੀ ਕਿੱਥੇ ਆ।
ਉਹਤੇ ਖੁਰਦਬੀਨ ਦੇ ਨਾਲ ਮਾਈਕਰੋਸਕੋਪਿਕ ਲੈਵਲ 'ਤੇ ਵੀ ਜਿਹੜਾ ਹੈਗਾ ਉਹਦਾ ਪਤਾ ਨਹੀਂ ਲੱਗਦਾ ਵੀ ਕੀ ਹੈ, ਪਰ ਉਹਦੀ ਹੋਂਦ ਦੇਖੋ ਕਿੱਡੀ ਵੱਡੀ ਹੈ ਕਿ ਉਹ ਜੇ ਕਿਤੇ ਸਰੀਰ 'ਚ ਆ ਗਈ ਤਾਂ ਡੈਫੀਨੇਟਲੀ ਜਿਹੜੇ ਵਨਲੇਬਲ ਹੈਗੇ ਨੇ, ਏਜਡ ਲੋਕ ਨੇ ਜਾਂ ਛੋਟੇ ਬੱਚੇ ਨੇ ਜਾਂ ਥੋੜ੍ਹੇ ਕਿਸੇ ਬਿਮਾਰ ਸ਼ਮਾਰੀ ਦੇ ਨਾਲ ਚੱਲ ਰਹੇ ਨੇ, ਉਹਨਾਂ ਦੇ ਉੱਤੇ ਤਾਂ ਬੜਾ ਜਿਹੜਾ ਹੈਗਾ ਬੜਾ ਡਰਾਸਟਿਕ, ਜਿਹਨੂੰ ਕਿਹਾ ਜਾਏ ਕਿ ਬੜਾ ਫੈਡਲ ਅਤੇ ਜਿਹੜਾ ਮਤਲਬ ਮੋਰਟਲ ਇਫੈਕਟ ਆ ਕਿ ਉਹਨਾਂ ਦੀ ਜਾਨ ਜਾ ਸਕਦੀ ਹੈ। ਸੋ ਇਸ ਤਰੀਕੇ ਨਾਲ ਇਹ ਜਿਹੜੀਆਂ ਚੀਜ਼ਾਂ ਨੇ ਇਹ ਕੁਦਰਤ 'ਚ ਪੋਸੀਬਿਲਿਟੀ ਪਈ ਹੈ ਹਮੇਸ਼ਾ, ਇਹ ਨਹੀਂ ਕਿ ਖਤਮ ਹੋ ਗਏ, ਹਮੇਸ਼ਾ ਹੀ ਪਈ ਹੈ ਪੋਸੀਬਿਲਿਟੀ। ਕੱਲ੍ਹ ਕੋਈ ਸੱਜਣ ਮੈਨੂੰ ਕਹਿ ਰਹੇ ਸੀਗੇ ਭਾਈ ਸਾਹਿਬ ਆ ਕੀ ਅਣਹੋਣਾ ਹੋ ਰਿਹਾ, ਮੈਂ ਕਿਹਾ ਮੈਂ ਬਾਣੀ ਪੜ੍ਹਦਾ, ਬਾਣੀ ਕਹਿੰਦੀ ਹੈ ਵੀ ਚਿੰਤਾ ਤਾਂ ਕੀ ਕੀਜੀ ਹੈ ਜੋ ਅਣਹੋਣੀ ਹੋਏ, ਫਿਕਰ ਤਾਂ ਉਹਦਾ ਕਰੋ ਜਿਹੜੀ ਅਣਹੋਣੀ ਹੈ, ਇਹ ਹੋਣਾ ਹੀ ਹੈ, ਇਹ ਨਿਯਮ ਆ। ਜੋ ਉਪਜੋ ਸੋ ਬਿਨਸ ਹੈ, ਇਕੱਲਾ ਦੁਕੱਲਾ ਇੱਕ ਇੱਕ ਦੋ ਦੋ ਚਾਰ ਚਾਰ ਜੀ ਜਾਂਦੇ ਨੇ, ਹਾਂ ਪੂਰਾਂ ਦੇ ਪੂਰ ਵੀ ਤੁਰ ਜਾਂਦੇ ਨੇ, ਇਹ ਵੀ ਇੱਕ ਰਿਐਲਿਟੀ ਹੈ। ਥੋੜ੍ਹੇ ਸਮੇਂ ਤੋਂ ਅਸੀਂ ਬੜੇ ਮੈਡੀਕਲ ਜਿਹੜਾ ਹੈਗਾ ਆ ਡਿਵੈਲਪਡ ਸਮੇਂ 'ਚੋਂ ਲੰਘ ਰਹੇ ਹੈਗੇ ਹਾਂ, ਜਿੱਥੇ ਲੱਗ ਰਿਹਾ ਕਿ ਸਭ ਕੁਝ ਬੰਦੇ ਦੇ ਆਪਣੇ ਕੰਟਰੋਲ 'ਚ ਆ ਰਿਹਾ ਹੈਗਾ। ਜਿਹੜੀ ਅਨਸਰਟਨਟੀ ਹੈ ਜ਼ਿੰਦਗੀ ਦੀ, ਉਹ ਕੋਈ ਕੋਈ ਕੰਟਰੋਲ ਥੋੜ੍ਹਾ ਕਰ ਸਕਦਾ ਹੈਗਾ। ਅਸੀਂ ਗੁਰੂ ਗ੍ਰੰਥ ਸਾਹਿਬ 'ਚ ਸ਼ਬਦ ਕਿੰਨੀ ਵਾਰੀ ਪੜ੍ਹੇ ਸੁਣੇ ਨੇ, ਮਹਾਰਾਜ ਜ਼ਿਕਰ ਕਰਦੇ ਵੀ ਦਰਿਆਵੇ ਕੰਨੇ ਬਗੁਲਾ ਬੈਠਾ ਕੇਲ ਕਰੇ, ਕੇਲ ਕਰੇਂਦੇ ਹੰਝ ਨੂੰ ਅਚਿੰਤੇ ਬਾਜ ਪਏ, ਬਾਜ ਪਏ ਤਿਸ ਰੱਬ ਕੇ ਕੇਲਾਂ ਵਿਸਰੀਆਂ, ਜੋ ਮਨ ਚਿੱਤ ਨਾ ਚੇਤੇ ਸਨ ਸਾ ਗਾਲੀ ਰੱਬ ਗੀਆਂ। ਜੇ ਵੱਡੇ ਲੈਵਲ 'ਤੇ ਦੇਖਿਆ ਜਾਏ ਤਾਂ ਮਨੁੱਖ ਨੂੰ ਬਹੁਤ ਕੁਝ ਵਿਸਰ ਚੁੱਕਾ ਆ। ਇਸ ਤਰ੍ਹਾਂ ਹੀ ਹੈ ਜਿਵੇਂ ਦਰਿਆ ਦੇ ਕੰਢੇ ਬੈਠਾ ਬਗਲਾ, ਉਹ ਇਹ ਵੇਖਦਾ ਆ ਕਿ ਇਹ ਜਿਹੜੇ ਮੱਛੀਆਂ ਡੱਡੂ ਡੱਡੀਆਂ ਨੇ ਇਹ ਸਾਰੇ ਮੇਰੇ ਤਰਸ 'ਤੇ ਨੇ, ਮੇਰੇ ਰਹਿਮੋ ਕਰਮ 'ਤੇ ਖੜ੍ਹੇ ਨੇ, ਮੈਂ ਜਿਹਨੂੰ ਚਾਹਾਂ ਮਾਰ ਲਵਾਂ, ਜਿਹਨੂੰ ਚਾਹਾਂ ਖਾ ਲਵਾਂ। ਬੰਦਾ ਇੱਕ ਲੈਵਲ 'ਤੇ ਹੀ ਸੋਚਦਾ ਵੀ ਸਭ ਕਾਸੇ ਨੂੰ ਮੈਂ ਚਲਾਉਣ ਵਾਲਾ, ਮੇਰੇ ਤੋਂ ਵੱਡੀ ਤੋਪ ਕੋਈ ਨਹੀਂ, ਬਲਾ ਕੋਈ ਨਹੀਂ ਹੈਗੀ। ਚਲੋ ਛੱਡੋ ਪਰਾਂ, ਬਾਕੀ ਤਾਂ ਤੋਪਾਂ ਬਲਾਵਾਂ ਦਾ ਨਹੀਂ ਪਤਾ, ਪਰ ਇੱਕ ਵਾਇਰਸ ਕਿੱਡੀ ਕੁ ਚੀਜ਼ ਹੁੰਦੀ ਹੈ। ਮਤਲਬ ਜੇ ਬੰਦੇ ਦੇ ਸਰੀਰ ਦੇ ਹਿਸਾਬ ਨਾਲ ਹੀ ਲਗਾਓਗੇ ਤਾਂ ਕੁਛ ਵੀ ਨਹੀਂ, ਅਤੇ ਉਹਦੇ ਸਾਹਮਣੇ ਬੰਦਾ ਇੱਥੇ ਬਹੁਤ ਸਾਰੀਆਂ ਮੂਵੀਜ਼ ਬਣੀਆਂ ਨੇ, ਬੜੇ ਕੁਝ ਇਹੋ ਜਿਹੀਆਂ ਚੀਜ਼ਾਂ ਬੱਚਿਆਂ ਦੇ ਜਾਂ ਇੰਟਰਟੇਨਮੈਂਟ ਦੀ ਦੁਨੀਆ ਦੇ 'ਚ ਸੁਪਰ ਬੱਗ ਅਤੇ ਸੁਪਰ ਮੋਨਿਸਟਰ ਅਤੇ ਇਹੋ ਜਿਹੀਆਂ ਚੀਜ਼ਾਂ, ਉਹ 'ਤੇ ਛੱਡੋ ਪਰਾ ਸੁਪਰ ਬੱਗ ਅਤੇ ਸੁਪਰ ਮੋਨਿਸਟਰ 'ਤੇ ਕਦੀ ਆਉਣਾ ਹੈ ਕਿ ਨਹੀਂ ਆਉਣਾ, ਪਰ ਇੱਕ ਛੋਟਾ ਜਿਹਾ ਵਾਇਰਸ ਹੀ ਸੁਪਰ ਵਾਇਰਸ ਬਣ ਗਿਆ ਹੈਗਾ। ਸੋ ਇਹ ਚੀਜ਼ ਪੋਸੀਬਿਲਿਟੀ ਹੈ ਸੰਸਾਰ ਦੇ ਵਿੱਚ, ਹਮੇਸ਼ਾ ਤੋਂ ਰਹੀ ਹੈ। ਸਾਹਿਬ ਜ਼ਿਕਰ ਕਰਦੇ ਬੰਦੇ ਨੂੰ ਕਦੀ ਵੀ ਕਾਲ ਅਤੇ ਅਕਾਲ ਦੀ ਚਿੰਤਨ ਤੋਂ ਦੂਰ ਨਹੀਂ ਜਾਣਾ ਚਾਹੀਦਾ। ਇਹ ਹਾਲਤ ਇਹ ਹੈ ਵੀ ਦਰਿਆਵੇ ਕੰਨੇ ਬਗੁਲਾ, ਜਿਵੇਂ ਦਰਿਆ ਦੇ ਕੰਢੇ ਬੈਠਾ ਹੋਇਆ ਜਾਂ ਖੜ੍ਹਾ ਹੋਇਆ ਬਗਲਾ ਜਿਹੜਾ ਆ ਉਹ ਕੇਲ ਕਰੇ, ਕਲੋਲਾਂ ਖੇਡ ਕਰ ਰਿਹਾ। ਕਲੋਲਾਂ ਕੀ ਕਰ ਰਿਹਾ, ਕਦੀ ਕਿਸੇ ਡੱਡੂ ਨੂੰ ਫੜ ਕੇ ਖਾਣਾ ਸ਼ੁਰੂ ਕਰ ਦਿੰਦਾ, ਕਦੇ ਕਿਸੇ ਮੱਛੀ ਨੂੰ ਫੜ ਕੇ ਖਾਣਾ ਸ਼ੁਰੂ ਕਰ ਦਿੰਦਾ, ਅਤੇ ਫਿਰ ਖਾ ਕੇ ਕਿੰਨਾ ਕੁ ਪੇਟ ਭਰ ਜਾਏਗਾ, ਰੱਜ ਜਾਏਗਾ। ਫਿਰ ਆਪਨੇ ਸ਼ਾਇਦ ਕਿਤੇ ਬਗਲਾ ਦੇਖਿਆ, ਬਗਲਾ ਬੜੇ ਤਮਾਸ਼ੇ ਕਰਦਾ ਉੱਥੇ, ਉਹ ਕਿਸੇ ਡੱਡੂ ਮੱਛੀ ਨੂੰ ਫੜਦਾ ਆ, ਉਹਨੂੰ ਅਸਮਾਨ 'ਚ ਉਛਾਲਦਾ, ਇਸ ਤਰੀਕੇ ਨਾਲ ਉਛਾਲ ਕੇ ਅਤੇ ਫਿਰ ਦੁਬਾਰਾ ਜਦੋਂ ਥੱਲੇ ਡਿੱਗ ਰਿਹਾ ਤਾਂ ਉਹਨੂੰ ਫਿਰ ਚੁੰਝ ਨਾਲ ਜੁੱਪਦਾ। ਜੇ ਤਾਂ ਕਿਤੇ ਉਹ ਪਕੜ 'ਚ ਆ ਜਾਏ, ਉਹ ਕੈਚ ਕਰ ਲਵੇ, ਉਹ ਠੀਕ ਮਹਿਸੂਸ ਕਰਦਾ। ਜੇ ਨਾ ਹੋਏ, ਥੱਲੇ ਡਿੱਗ ਜਾਏ, ਦੁਬਾਰਾ ਫਿਰ ਫੜ ਲੈਂਦਾ ਜਾਂ ਕਿਸੇ ਹੋਰ ਨੂੰ ਫੜਦਾ। ਇਹੋ ਜਿਹੀਆਂ ਕਲੋਲਾਂ ਕਰ ਰਿਹਾ, ਹੁਣ ਖਾ ਤਾਂ ਸਕਦਾ ਨਹੀਂ, ਪੇਟ ਭਰ ਚੁੱਕਾ ਹੈ, ਪਰ ਉਹਨਾਂ ਨੂੰ ਇਸ ਤਰੀਕੇ ਨਾਲ ਪਕੜ ਪਕੜ ਕੇ ਮਾਰ ਰਿਹਾ, ਜ਼ੁਲਮ ਕਰ ਰਿਹਾ, ਸਭ ਇਸ ਰੂਪ ਦੇ 'ਚ ਹੋ ਰਿਹਾ ਹੈ। ਜੇ ਅਸੀਂ ਅੱਜ ਦੇਖੀਏ ਤਾਂ ਜਿਹਨੂੰ ਅਸੀਂ ਬਾਣੀ 'ਚ ਬਚਨ ਪੜ੍ਹਦੇ ਹਾਂ ਵੀ ਮਤਲਬ
ਫਰਮਾਇਸ਼ਾਂ ਕਰ ਕਰਕੇ ਖਾਣਾ, ਚੀਜ਼ ਕੀ ਕਰੇ ਮਨ ਭਾਵਦੇ, ਮਨ ਭਾਉਂਦੀਆਂ ਚੀਜ਼ਾਂ ਲੱਭਦਾ ਫਿਰਦਾ। ਕਦੇ ਅੱਜ ਸਵੇਰ ਦਾ ਬ੍ਰੇਕਫਾਸਟ ਕਿਹੜੇ ਰੈਸਟੋਰੈਂਟ ਕਰਨਾ, ਜਾ ਕੇ ਲੰਚ ਕਿੱਥੇ ਹੋਏਗਾ, ਡਿਨਰ ਕਿੱਥੇ ਹੋਏਗਾ, ਫਲਾਂ ਚੀਜ਼। ਅਤੇ ਅੱਜ ਉਦੋਂ ਜਿਹੋ ਜਿਹੇ ਮਾਹੌਲ 'ਚ ਆ ਗਿਆ, ਹੁਣ ਸਾਰੇ ਆਪਣੇ ਆਪ ਕੰਟੇਨ ਕਰੋ, ਭੱਜੋ ਨੱਠੋ। ਇਹ ਸੱਚਾਈ ਇਹ ਹੈ, ਪੈਰਾਂ ਸਿਰ ਰਹੇ ਬੰਦਾ ਇਤਨਾ ਜ਼ਿਆਦਾ ਜਿਹੜਾ ਵਾਹੋ ਵਾਹ ਚ ਖਲਾਰਾ ਪਸਾਰਾ ਪਸਾ ਰਿਹਾ ਹੈਗਾ, ਇਹ ਕਲੋਲ ਹੀ, ਹੋਰ ਕੁਛ ਨਹੀਂ ਹੈਗਾ। ਅਦਰਵਾਈਜ਼ ਖਾਣੇ ਦੋ ਪ੍ਰਸ਼ਾਦੇ ਨੇ, ਬੰਦਾ ਆਰਾਮ ਨਾਲ ਬੜਾ ਸਰਲ ਅਤੇ ਸਾਦੀ ਜ਼ਿੰਦਗੀ ਜਿਹੜੀ ਆ ਉੱਥੇ, ਅਤੇ ਇਹ ਕੁਦਰਤ ਆ, ਕੁਦਰਤ ਫਿਰ ਲੈ ਆਉਂਦੀ ਉੱਥੇ, ਫਿਰ ਉੱਥੇ ਉਸੇ ਰੂਪ ਦੇ ਵਿੱਚ ਸਿਖਾ ਦਿੰਦੀ ਵੀ ਕਿੱਥੇ ਜਾਣਾ, ਤੂੰ ਕਿੰਨਾ ਕੁ ਭੱਜ ਕੇ ਜਾਏਗਾ, ਕਿਹੜੇ ਪਾਸੇ ਜਾਏਗਾ। ਸਾਹਿਬ ਜ਼ਿਕਰ ਕਰਦੇ ਵੀ ਉਹ ਜਿਹੜਾ ਬਗਲਾ ਕਲੋਲਾਂ ਕਰਦਾ ਸੀ ਨਾ, ਵੀ ਉਹ ਦਰਿਆਵੇ ਕੰਨੇ ਬਗਲਾ ਬੈਠਾ ਕੇਲ ਕਰੇ, ਕੇਲ ਕਰੇ ਦੇ ਹੰਝ ਨੂੰ ਅਚਿੰਤੇ ਬਾਜ ਪਏ, ਅਚਿੰਤੇ ਬਾਜ ਉਸ ਬਗਲੇ ਦੇ ਸਿਰ ਦੇ ਉੱਤੇ ਬਾਜ ਉੱਡ ਰਿਹਾ। ਉਹ ਵੇਖਦਾ ਵੀ ਹਾਂ ਕਿੱਡਾ ਪਲਿਆ ਹੋਇਆ ਇਹ ਜਿਹੜਾ ਪੰਛੀ ਹੈ, ਇਹ ਮੇਰੀ ਖੁਰਾਕ ਬਣੇਗਾ। ਹੁਣ ਉਹ ਅਚਨਚੇਤ ਆ ਕੇ ਉਹਦੇ ਜਿਹੜਾ ਜਦੋਂ ਦਾ ਸਾਇਆ ਨੇੜੇ ਆਉਂਦਾ, ਉਹਦੇ ਪਹੁੰਚੇ ਆਉਂਦੇ ਨੇ ਨੇੜੇ ਦਿਸਦੇ, ਅਤੇ ਉਹ ਜਾਨ ਨਿਕਲਦੀ ਹੈ ਬਗਲੇ ਦੀ, ਆ ਕੀ ਬਣਿਆ ਹੈਗਾ। ਅਤੇ ਫਿਰ ਸੋਚਦਾ ਹੋ ਕੀ ਗਿਆ, ਭਾਈ ਇਹ ਪੋਸੀਬਿਲਿਟੀ ਸੀਗੀ। ਅਚਿੰਤੇ ਬਾਜ ਪਏ ਤਿਸ ਰੱਬ ਕੇ ਜਿਹੜਾ ਸਾਰੀ ਕਾਇਨਾਤ ਨੂੰ ਚਲਾ ਰਿਹਾ ਹੈਗਾ। ਕੇਲਾਂ ਵਿਸਰੀਆਂ, ਫਿਰ ਕਲੋਲਾਂ ਵਿਸਰ ਗਈਆਂ ਸਾਰੀਆਂ, ਫਿਰ ਸਭ ਭੁੱਲ ਗਿਆ। ਅਦਰਵਾਈਜ਼ ਲੋਕਾਂ ਨੂੰ ਤਾਂ ਲੱਗਦਾ ਸੀਗਾ ਕਿ ਜੇ ਕਿਤੇ ਕਰੂਜ਼ ਸ਼ਿਪ 'ਤੇ ਨਾ ਗਏ, ਜੇ ਕਿਤੇ ਫਲਾਂ ਜਗ੍ਹਾ 'ਤੇ ਨਾ ਗਏ, ਜੇ ਕਿਤੇ ਅੱਜ ਟਰੈਵਲਿੰਗ ਨਾ ਹੋ ਸਕੀ, ਦੈਨ ਵੀ ਆਰ ਡਨ, ਲਾਈਫ ਹੀ ਕੁਛ ਨਹੀਂ ਹੈਗੀ। ਹੁਣ ਵੀ ਤਾਂ ਚੱਲ ਹੀ ਰਿਹਾ। ਮਤਲਬ ਇਹ ਨੋ ਡਾਊਟ ਕਿ ਜ਼ਿੰਦਗੀ ਦੀ ਵੱਡੀ ਤਸਵੀਰ ਰੁਮਕਣੀ ਚੱਲਣੀ ਸਭ ਚਾਹੀਦੀ ਉਸ ਤਰੀਕੇ ਨਾਲ, ਪਰ ਬੰਦਾ ਇਹ ਸੋਚ ਲਏ ਕਿ ਇਹ ਸਭ ਕੁਝ ਜਿਹੜਾ ਹੈਗਾ ਇਹ ਸੁੱਖ ਦੇਣ ਵਾਲਾ, ਇਹੀ ਅਸੈਂਸ਼ੀਅਲ ਪਾਰਟ ਹੈ ਖੁਸ਼ੀ ਵਾਸਤੇ। ਨਾ, ਖੁਸ਼ੀ ਤਾਂ ਇੰਨਾ ਆ, ਬੰਦਾ ਜਿਉਵੇਂ ਧਰਤੀ 'ਤੇ ਰਹੇ, ਕਿਸੇ ਦੇ ਕੰਮ ਆਵੇ, ਕੋਈ ਤੁਹਾਡੇ ਕੰਮ ਆਵੇ, ਇਹ ਹੈ ਜ਼ਿੰਦਗੀ। ਤੁਸੀਂ ਬੇਸਿਕ ਲੈਵਲ 'ਤੇ ਚੀਜ਼ਾਂ, ਮੈਂ ਤਾਂ ਕਈ ਵਾਰੀ ਅਹਿਸਾਸ ਕਰਦਾ, ਮੇਰੇ ਸੱਜਣ ਹੈਗੇ ਨੇ ਇੰਗਲੈਂਡ ਦੇ ਵਿੱਚ, ਅਤੇ ਕਾਫੀ ਟਰੈਵਲ ਕਰਦੇ ਰਹੇ ਦੁਨੀਆ ਭਰ ਦੇ ਵਿੱਚ, ਅਤੇ ਅੱਜ ਕੱਲ੍ਹ ਉਹ ਟਰੈਵਲ ਜ਼ਿਆਦਾਤਰ ਕਰਦੇ ਨੇ ਬੜੇ ਗਰੀਬ ਮਵਾਲਿਕ ਦੇ ਵਿੱਚ, ਜਿਵੇਂ ਅਫਰੀਕਨ ਕੰਟਰੀਜ਼ ਨੇ, ਉਹਨਾਂ ਜਗ੍ਹਾ 'ਤੇ ਜਾ ਕੇ। ਅਤੇ ਉਹ ਮੈਂ ਉਹਨਾਂ ਨੂੰ ਪੁੱਛ ਰਿਹਾ ਸੀਗਾ ਵੀ ਉਹ ਕਹਿੰਦੇ ਵੀ ਉੱਥੇ ਜਾ ਕੇ ਹੁਣ ਮੈਂ ਇਹ ਵੇਖਦਾ ਹਾਂ ਵੀ ਮੈਂ ਜਿਹੜੀ ਜ਼ਿੰਦਗੀ ਜੀ ਰਿਹਾ, ਖਾ ਰਿਹਾ, ਹੰਡਾ ਰਿਹਾ, ਪਾ ਰਿਹਾ, ਉਹਦੇ ਮੁਤਾਬਕ ਮੈਂ ਸ਼ੁਕਰਗੁਜ਼ਾਰ ਹਾਂ, ਮੈਂ ਧੰਨਵਾਦੀ ਹਾਂ। ਜਸਟ ਆਈ ਵਾਂਟ ਟੂ ਅੰਡਰਸਟੈਂਡ ਹਾਊ ਟੂ ਸ਼ੋ ਮੋਰ ਗ੍ਰੈਟੀਟਿਊਡ ਟੂਵਰਡ ਆਲ ਮਾਈਟੀ ਅਕਾਲ ਪੁਰਖ ਵਾਹਿਗੁਰੂ ਹੂ ਹੈਜ਼ ਗਿਵਨ ਮੀ ਦੈਟ ਮਚ। ਆਈ ਐਮ ਸੋ ਫੋਰਚੂਨੇਟ ਦੈਟ ਆਈ ਹੈਵ ਦੈਟ ਕਾਇੰਡ ਆਫ ਲਾਈਫ। ਅਦਰਵਾਈਜ਼ ਉਹ ਵੀ ਤਾਂ ਲੋਕ ਹੈ ਹੀ ਨੇ ਜਿਹੜੇ ਜ਼ਿੰਦਗੀ ਲਈ ਸਟਰਗਲ ਕਰ ਰਹੇ ਸਭ ਚੀਜ਼ਾਂ ਦੇ ਵਿੱਚ। ਬੰਦਾ ਬੰਦਾ ਬਣ ਕੇ ਰਹੇ, ਅਤੇ ਇਹ ਤਾਂ ਹੀ ਹੈ ਜੇ ਕਿਤੇ ਈਸ਼ਵਰ ਨੂੰ ਚੇਤੇ ਰੱਖੇ, ਰੱਬ ਨੂੰ, ਅਕਾਲ ਪੁਰਖ ਵਾਹਿਗੁਰੂ ਨੂੰ, ਦੂਜਾ ਮੌਤ ਨੂੰ। ਬਾਣੀ ਨੇ ਕਿਹਾ ਦੋਵੇਂ ਚੀਜ਼ਾਂ ਨੇੜੇ ਦਿਸਣਗੀਆਂ, ਬੰਦੇ ਦਾ ਜੀਵਨ ਇਨਸਾਨਾਂ ਵਾਲਾ ਰਹੇਗਾ, ਅਦਰਵਾਈਜ਼ ਬੰਦੇ ਨੂੰ ਤਾਂ ਸਭ ਭੁੱਲ ਭੁਲਾ ਜਾਏਗਾ। ਸਾਹਿਬ ਜ਼ਿਕਰ ਕਰਦੇ ਅਤੇ ਉਹ ਜਦੋਂ ਅਚਿੰਤੇ ਬਾਜ ਪਏ ਤਿਸ ਰੱਬ ਕੇ ਕੇਲਾਂ ਵਿਸਰੀਆਂ ਜੋ ਮਨ ਚਿੱਤ ਨਾ ਚੇਤੇ ਸਨ, ਜੋ ਚਿੱਤ ਚੇਤੇ ਵੀ ਨਹੀਂ ਸੀਗਾ ਵੀ ਆਹ ਵੀ ਹੋ ਸਕਦਾ ਹੈ। ਇਹ ਹੈ ਇਹ ਗੱਲਾਂ ਰੱਬ ਕੀਆਂ, ਗੱਲਾਂ ਰੱਬ ਦੀਆਂ ਨੇ, ਇਹ ਅਕਾਲ ਪੁਰਖ ਵਾਹਿਗੁਰੂ ਦਾ ਉਹ ਰੂਪ ਆ। ਅਤੇ ਜਿਹਨੇ ਕਦੀ ਇਸ ਨੂੰ ਆਪਣੀ ਸੁਰਤ 'ਚ ਹੀ ਨਹੀਂ ਪਾਇਆ, ਜਦੋਂ ਇਹੋ ਜਿਹੀਆਂ ਚੀਜ਼ਾਂ ਹੁੰਦੀਆਂ ਆਲੇ ਦੁਆਲੇ, ਘਬਰਾਹਟ ਆਉਂਦੀ, ਪੈਨਿਕ ਆਉਂਦਾ, ਡਰ ਲੱਗਦਾ ਕੀ ਬਣੇਗਾ। ਮਹਾਰਾਜ ਨੇ ਬਿਆਨ ਕੀਤਾ ਇੱਥੇ ਸ਼ਬਦ ਹੈ ਗੁਰੂ ਅਰਜਨ ਸਾਹਿਬ ਦਾ, ਹਰ ਬਿਸਰਤ ਸਦਾ ਖੁਆਰੀ, ਹਰੀ ਨੂੰ ਵਸਾਰ ਤੋਂ, ਫਿਰ ਖੁਆਰੀ ਹੈ, ਫਿਰ ਦੁੱਖ ਆ, ਫਿਰ ਵੇਦਨ ਆ, ਫਿਰ ਪੀੜਾ ਆ। ਅਦਰਵਾਈਜ਼ ਦੁੱਖ ਤਕਲੀਫ ਜਦੋਂ ਇਹੋ ਜਿਹਾ ਮਾਹੌਲ ਬਣੇ,
ਬੰਦਾ ਕਹਿੰਦਾ ਕੁਦਰਤ ਸਿਖਾ ਰਹੀ ਹੈ ਕੁਝ ਮੈਨੂੰ, ਅਕਾਲ ਪੁਰਖ ਵਾਹਿਗੁਰੂ ਕੁਝ ਸਮਝਾ ਰਿਹਾ ਮੈਨੂੰ। ਇਹਨੂੰ ਇਸ ਤਰੀਕੇ ਨਾਲ ਵੀ ਬਾਣੀ ਨੇ ਕਈ ਵਾਰ ਤਸੱਵਰ ਕੀਤਾ ਜਿਵੇਂ ਮਾਪੇ ਨੇ ਅਤੇ ਆਪਣੇ ਬੱਚੇ ਨੂੰ ਡਿਸਿਪਲਿਨ ਕਰਨ ਵਾਸਤੇ ਕੁਝ ਕੌਨਸੀਕੁਐਂਸਿਸ ਦਿੰਦੇ ਨੇ, ਕੁਝ ਹਾਲਾਤ ਦਿੰਦੇ ਨੇ, ਉਹਨਾਂ ਹਾਲਾਤਾਂ ਨਾਲ ਬੱਚਾ ਨਜਿੱਠਦਾ ਹੈ ਅਤੇ ਨਜਿੱਠਣ ਦੇ ਦੌਰਾਨ ਅਕਲਮੰਦ ਹੋ ਜਾਂਦਾ, ਸਮਝ ਆ ਜਾਂਦੀ ਹੈ। ਕਰਤਾਰ ਦੀ ਕੁਦਰਤ ਵੀ ਸਾਨੂੰ ਸਿਖਾ ਰਹੀ ਹੈ, ਸਾਨੂੰ ਦੱਸ ਰਹੀ ਹੈ ਵੀ ਭਾਈ ਜੀਵਨ ਕਿਵੇਂ ਜੀਣਾ ਆ। ਬੰਦਾ ਇਸ ਕੁਦਰਤ ਨੂੰ ਗਰੰਟਿਡ ਲੈ ਕੇ ਬੈਠਾ ਆ, ਬੇਬਹਾ ਜਿਹੜਾ ਹੈ ਐਕਸਪੈਂਡੀਚਰਸ ਵਧਾਏ ਨੇ, ਬੇਬਹਾ ਬੰਦੇ ਨੇ ਆਪਣੇ ਰਹਿਣ ਸਹਿਣ ਦੀਆਂ ਸੁਵਿਧਾਵਾਂ ਪੈਦਾ ਕਰਨ ਵਾਸਤੇ ਇਸ ਧਰਤੀ ਦੇ ਉੱਤੇ ਸੋਰਸਿਸ ਜਿਹੜੇ ਇਹਨਾਂ ਦੀ ਵੇਸਟੇਜ ਕੀਤੀ ਹੈਗੀ ਹੈ। ਅਤੇ ਇਹ ਸਭ ਚੀਜ਼ਾਂ ਹੁਣ ਉਸ ਲੈਵਲ 'ਤੇ ਸਮਝਾ ਰਹੀਆਂ, ਦੱਸ ਰਹੀਆਂ ਨੇ ਕੁਝ ਵੀ ਭਲੇ ਬੰਦੇ ਇਹ ਸਭ ਜੇ ਜੋ ਤੂੰ ਇਹ ਸ਼ੁਗਲ ਮੇਲੇ ਕਰ ਰਿਹਾ ਸਾਰੇ ਦੇ ਸਾਰੇ, ਇਹਨਾਂ ਤੋਂ ਬਿਨਾਂ ਜ਼ਿੰਦਗੀ ਨਹੀਂ ਚੱਲ ਸਕਦੀ, ਕਿਉਂ ਨਹੀਂ ਚੱਲ ਸਕਦੀ? ਅਤੇ ਇਸ ਲਈ ਇਸ ਲੈਵਲ 'ਤੇ ਆ ਜਾ। ਹਾਂ, ਜਿੱਥੇ ਤੈਨੂੰ ਆਪਣੇ ਆਪ ਨੂੰ ਜਿਵੇਂ ਹੁਣ ਕਿਹਾ ਜਾ ਰਿਹਾ ਵੀ ਆਪਣੇ ਆਪ ਨੂੰ ਜਿਹੜਾ ਹੈਗਾ ਆਈਸੋਲੇਟ ਕਰ ਲਓ, ਕੰਟੇਨ ਕਰ ਲਓ, ਕੁਆਰੰਟੀਨ ਕਰ ਲਓ, ਇਹੋ ਜਿਹੇ ਲਫ਼ਜ਼ ਤੁਸੀਂ ਸੁਣ ਰਹੇ ਹੋਵੋਗੇ, ਇਹਦਾ ਮਤਲਬ ਕੀ ਹੈ? ਬੰਦਾ ਆਪਣੇ ਆਪ 'ਚ ਬਹਿ, ਆਪਣੇ ਆਪ 'ਚ ਰਹੇ। ਆਪਣੇ ਆਪ 'ਚ ਬਹਿਣਾ ਅਤੇ ਆਪਣੇ ਆਪ 'ਚ ਰਹਿਣ ਦਾ ਮਤਲਬ ਕੀ ਹੈ? ਬਕੌਲ ਮਸਕੀਨ ਜੀ ਇੱਕ ਬਾਤ ਮੈਂ ਛੋਟੀ ਜਿਹੀ ਕਹਿ ਦਿੰਦਾ, ਉਹ ਕਹਿੰਦੇ ਸਰ ਮੈਨੂੰ ਕੋਈ, ਮੈਂ ਕਿਸੇ ਸੱਜਣ ਨੂੰ ਮਿਲਣ ਵਾਸਤੇ ਗਿਆ ਅਤੇ ਉਹ ਗਿਆ ਅਤੇ ਉਹ ਜਿਹੜਾ ਹੈਗਾ ਆ ਮੈਂ ਜਾ ਕੇ ਬੈਠਾ, ਗੱਲਾਂ ਬਾਤਾਂ ਹੋ ਰਹੀਆਂ ਨੇ। ਥੋੜ੍ਹੀ ਦੇਰ ਬਾਅਦ ਮੈਂ ਕਿਹਾ ਵੀ ਸੱਜਣਾ ਗੱਲ ਇਹ ਹੈ, ਗੱਲਾਂ ਬਾਤਾਂ ਖੂਬ ਹੋ ਗਈਆਂ, ਹੁਣ ਮੈਂ ਕੁਝ ਸਮੇਂ ਵਾਸਤੇ ਜਿਹੜਾ ਹੈਗਾ ਤੇਰੇ ਤੋਂ ਵਿਦਾਇਗੀ ਚਾਹਾਂਗਾ। ਕਹਿੰਦੇ ਕੀ ਕਰਨਾ, ਕਿਤੇ ਜਾਣਾ? ਕਹਿੰਦੇ ਨਹੀਂ, ਮੈਂ ਥੋੜ੍ਹੀ ਦੇਰ ਲਈ, ਭਜਨ ਬੰਦਗੀ ਕਰਨ ਵਾਲਾ ਬੰਦਾ ਹੈ। ਕਹਿੰਦਾ ਮੈਂ ਇਕੱਲੇ ਬੈਠਣਾ। ਉਹ ਕਹਿੰਦਾ ਇਕੱਲੇ ਬੈਠਣਾ? ਕਹਿੰਦਾ ਕਮਾਲ ਹੈ, ਨਹੀਂ ਨਹੀਂ ਨਹੀਂ, ਕਹਿੰਦਾ ਐਵੇਂ ਨਹੀਂ ਹੋ ਸਕਦਾ। ਕਹਿੰਦਾ ਕਿਉਂ? ਕਹਿੰਦਾ ਗੱਲ ਇਹ ਆ ਵੀ ਮੇਰੀ ਅਜੇ ਅਖਬਾਰ ਵੀ ਨਹੀਂ ਆਈ ਅਤੇ ਮੇਰਾ ਬਿਜਲੀ ਨਹੀਂ ਹੈ, ਟੈਲੀਵਿਜ਼ਨ ਰੇਡੀਓ ਕੁਛ ਵੀ ਨਹੀਂ ਚੱਲ ਰਿਹਾ ਅਤੇ ਤੂੰ ਵੀ, ਮੈਂ ਤਾਂ ਬੜਾ ਔਖਾ ਹੋ। ਕਹਿੰਦਾ ਕਮਾਲ ਹੋ ਗਈ, ਮੈਂ ਇਕੱਲਾ ਬਹਿਣ ਲੱਗਾ, ਤੂੰ ਵੀ ਬਹਿ। ਉਹ ਕਹਿੰਦਾ ਨਹੀਂ ਨਹੀਂ ਮੈਂ ਅਖਬਾਰ 'ਤੇ ਪੜ੍ਹ ਸਕਦਾ ਬੈਠ ਕੇ, ਕੋਈ ਹੋਰ ਚੀਜ਼ ਤਾਂ ਹੋ ਸਕਦੀ ਹੈ, ਟੈਲੀਵਿਜ਼ਨ 'ਤੇ ਵੇਖ ਸਕਦਾ, ਪਰ ਇਕੱਲਾ ਨਹੀਂ। ਉਹ ਹੱਸ ਕੇ ਕਹਿੰਦੇ, ਕਹਿੰਦੇ ਬੰਦਾ ਭੁੱਲ ਗਿਆ ਆਪਣੇ ਆਪ ਨਾਲ ਬਹਿਣਾ, ਆਪਣੇ ਆਪ ਨਾਲ ਵੀ ਬਹਿ ਕੇ ਵੇਖ ਕਦੀ ਇਕੱਲਾ ਬਹਿਣਾ। ਮੈਡੀਟੇਸ਼ਨ ਇਹੀ ਹੈ, ਸਿਰਫ ਜਦੋਂ ਬੰਦਾ ਆਪਣੇ ਆਪ ਨੂੰ ਜਿਹੜਾ ਹੈਗਾ ਜਿਹੜਾ ਸੈਲਫ ਓਬਜ਼ਰਵੇਸ਼ਨ ਹੋ ਰਹੀ ਹੈ, ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਇਹ ਹੌਲੀ ਹੌਲੀ ਇਸ ਤਰੀਕੇ ਨਾਲ ਬੰਦਾ ਮੈਡੀਟੇਸ਼ਨ ਵਿੱਚ ਹੀ ਸਿੱਖਦਾ। ਅਕਾਲ ਪੁਰਖ ਵਾਹਿਗੁਰੂ ਨੇ ਕੀ ਦਿੱਤਾ ਆ ਮੈਨੂੰ, ਮੈਨੂੰ ਕਿਸ ਪਾਸੇ ਜਾਣਾ ਚਾਹੀਦਾ, ਕਿਹੜਾ ਕੰਮ ਕਰਨ ਵਾਲਾ ਹੈ, ਕਿਹੜਾ ਕੰਮ ਨਹੀਂ ਕਰਨ ਵਾਲਾ। ਇਹ ਸਭ ਚੀਜ਼ਾਂ ਨਹੀਂ ਕਰੇਗਾ, ਖੁਆਰੀ ਪੱਕੀ ਹੈ। ਬੰਦਾ ਸੁੱਤਾ ਪਿਆ ਹੀ ਸਭ ਚੀਜ਼ਾਂ ਦੇ ਵਿੱਚ ਗਵਾਚਾ ਫਿਰਦਾ, ਗਰਦਾਨ ਹੋਇਆ ਪਿਆ। ਸਭ ਕਹਿੰਦੇ ਹਰ ਬਿਸਰਤ ਸਦਾ ਖੁਆਰੀ, ਇਹ ਹੈ ਸਦਾ ਖੁਆਰੀ। ਜਦੋਂ ਹਰੀ ਵਸਾਰ ਦਿੱਤਾ, ਜ਼ਿੰਦਗੀ ਜੀਣ ਦਾ ਸਹੀ ਤਰੀਕਾ, ਸਲੀਕਾ, ਢੰਗ, ਸੋਚ, ਸਮਝ ਇਹ ਵਿਸਰੀ, ਦੁੱਖ ਪੱਕਾ। ਅਗਲਾ ਬਚਨ ਨਾਲ ਦੂਸਰੀ ਲਾਈਨ ਹੈ, ਤਾਂ ਕੋ ਧੋਖਾ ਕਹਾਂ ਵਿਆਪੈ ਜਾਂ ਕੋ ਓਟ ਤੁਹਾਰੀ। ਜਿਹਨੂੰ ਅਕਾਲ ਪੁਰਖ ਵਾਹਿਗੁਰੂ ਦੇ ਉੱਤੇ ਅਕੀਦਾ ਵਿਸ਼ਵਾਸ ਹੈ ਉਹਨੂੰ ਧੋਖਾ ਨਹੀਂ। ਧੋਖਾ ਸਾਨੂੰ ਸਭ ਤੋਂ ਵੱਡਾ ਧੋਖਾ ਸਾਡੀ ਮੱਤ ਦਿੰਦੀ ਹੈ, ਅਕਲ। ਜਿੱਥੇ ਬੰਦੇ ਨੂੰ ਜ਼ਿਆਦਾ ਲੋੜ ਹੁੰਦੀ ਹੈ ਅਕਲ ਵਰਤਣ ਦੀ, ਉੱਥੇ ਅਕਲ ਯੂਜ਼ ਹੀ ਨਹੀਂ ਆਉਂਦੀ, ਉਹ ਪ੍ਰਯੋਗ ਵਿੱਚ ਨਹੀਂ ਆਉਂਦੀ, ਉਹ ਧਿਆਨ ਹੀ ਨਹੀਂ ਜਾਂਦਾ ਵੀ ਇੱਥੇ ਕੀ ਕੀਤਾ ਜਾਏ। ਇੱਥੇ ਜਾ ਕੇ ਜਿਹੜਾ ਅਕਾਲ ਪੁਰਖ ਵਾਹਿਗੁਰੂ ਦਾ ਤਸੱਵਰ ਆ, ਜਿਵੇਂ ਸੁਪੋਜ਼ ਕਰੋ ਕਈ ਵਾਰ ਚੀਜ਼ਾਂ ਬੰਦਾ ਉਮਰਾਂ ਭਰ ਜਿਹੜੀਆਂ ਸਾਂਭਦਾ ਸੰਭਾਲਦਾ ਹੈ, ਜਿਵੇਂ ਅਸੀਂ ਇੱਥੇ ਇਹਨਾਂ ਮੁਲਕਾਂ ਦੇ ਵਿੱਚ ਇੰਸ਼ੋਰੈਂਸ ਵਗੈਰਾ ਬਾਏ ਕਰਦੇ ਹੈਗੇ ਆ, ਅਤੇ ਆਪ ਦੇਖੋਗੇ ਲੋਕ ਹੈਲਥ ਇੰਸ਼ੋਰੈਂਸ ਵੀ ਬਾਏ ਕਰਦੇ ਨੇ, ਇਹਦੇ ਤੋਂ ਬਿਨਾਂ ਜਿਹੜੀਆਂ ਨੇ ਵੱਖਰੀਆਂ ਵੱਖਰੀਆਂ ਕਰੋਨਿਕ ਡਿਜ਼ੀਜ਼ ਵਗੈਰਾ ਹੋ ਜਾਣ ਜਾਂ ਕੋਈ ਹੋਰ ਕੋਈ ਐਕਸੀਡੈਂਟ ਵਗੈਰਾ ਹੋ ਜਾ, ਮਤਲਬ ਬਹੁਤ ਸਾਰੇ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਨੇ, ਕਈ ਸਾਰੀ ਸਾਰੀ ਉਮਰ ਜਿਹੜਾ ਹੈਗਾ ਇੰਸ਼ੋਰੈਂਸ ਪੇ ਕਰਦੇ ਨੇ।
ਅਤੇ ਉਹ ਸਾਰੀ ਉਮਰ ਯੂਜ਼ ਵੀ ਨਹੀਂ ਕਰਦੇ ਉਹਨੂੰ, ਅਖੀਰਲੇ ਟਾਈਮ ਤੱਕ ਉਹਨਾਂ ਨੂੰ ਕੋਈ ਆਵਸ਼ਕਤਾ ਨਹੀਂ ਪੈਂਦੀ। ਪਰ ਹੈ, ਜੇ ਕਿਤੇ ਲੋੜ ਪੈ ਗਈ, ਜੇ ਕਿਤੇ ਉਹੋ ਜਿਹਾ ਸਮਾਂ ਬਣ ਗਿਆ, ਤਾਂ ਫਿਰ ਇੱਕ ਗਾਰੰਟੀ ਹੈ ਵੀ ਹਾਂ, ਇਹੀ ਹੈ ਨਾ, ਇਨਸ਼ੋਰ ਕੀਤਾ ਜਾਂਦਾ ਵੀ ਹਾਂ ਤੁਹਾਡੀ ਫਿਰ ਬਾਂਹ ਫੜੀ ਜਾਏਗੀ, ਤੁਹਾਨੂੰ ਉਸ ਰੂਪ ਸੰਭਾਲਿਆ ਜਾਏਗਾ, ਇਹ ਚੀਜ਼ ਹੋ ਸਕੇਗੀ। ਜਿਹੜਾ ਇਹ ਆਪਣੇ ਆਪ ਨੂੰ ਮੈਡੀਟੇਸ਼ਨ ਵਾਲੇ ਪਾਸੇ ਲੈ ਕੇ ਜਾਣਾ ਸਭ ਚੀਜ਼ਾਂ ਦੇ ਵਿੱਚ, ਇਹ ਕੀ ਹੈ, ਇਹ ਇੱਕ ਆਪਣੇ ਆਪ ਨੂੰ ਇਨਸ਼ੋਰ ਕਰਨਾ ਹੈਗਾ, ਸ਼ਿਓਰਟੀ ਲੈਣੀ ਹੈ ਕਿ ਜਦੋਂ ਕਿਤੇ ਇਹੋ ਜਿਹੇ ਹਾਲਾਤ ਬਣ ਗਏ, ਅਤੇ ਕਰਤਾਰੀ ਕੁਦਰਤ ਆ, ਇਹ ਕਿਸੇ ਸਮੇਂ ਵੀ ਬਣ ਸਕਦਾ, ਇਹ ਕੋਈ ਜ਼ਰੂਰੀ ਨਹੀਂ ਕਿਹਾ ਜਾ ਸਕਦਾ, ਮਤਲਬ ਹਰ ਚੀਜ਼ ਨੂੰ ਅਸੀਂ ਜਿਵੇਂ ਮੈਂ ਬੇਨਤੀ ਕੀਤੀ ਗਰੰਟਡ ਲੈ ਕੇ ਤੁਰੇ ਫਿਰਦੇ ਹੈਗੇ ਆ। ਮੈਂ ਦੇਖਦਾ ਵਾਂ ਕਈ ਵਾਰੀ ਸਾਨੂੰ ਕਾਉਂਸਲਿੰਗ ਦੇ ਵਿੱਚ, ਖਾਸ ਕਰਕੇ ਜਿਵੇਂ ਕੋਈ ਫੈਮਿਲੀ ਮੈਂਬਰ ਫੌਤ ਹੋ ਗਿਆ, ਚਲਾ ਗਿਆ, ਅਤੇ ਕਈਆਂ ਨੇ ਜ਼ਿੰਦਗੀ ਸਾਰੀ ਆਪਣੀ ਕਿਸੇ ਇੱਕ ਫੈਮਿਲੀ ਮੈਂਬਰ 'ਚ ਇਨਵੈਸਟ ਕੀਤੀ ਹੁੰਦੀ ਹੈ, ਮਤਲਬ ਮਾਪੇ ਜਿਵੇਂ ਬੱਚਿਆਂ 'ਤੇ ਸਭ ਇਨਵੈਸਟ ਕਰਕੇ ਬੈਠੇ, ਸਭ ਕੁਝ ਆਪਣਾ, ਸਭ ਇਮੋਸ਼ਨ, ਸਭ ਚੀਜ਼ਾਂ, ਉਹਨਾਂ ਤੋਂ ਬਿਨਾਂ ਕਦੀ ਸੋਚਿਆ ਵੀ ਨਹੀਂ ਗਾ, ਕੱਲ੍ਹ ਨਾਮ ਕਾਲ ਦਾ ਰੱਬ ਕਿਤੇ ਐਵੇਂ ਦਾ ਟੈਸਟ ਨਾ ਲਏ ਕਿਸੇ ਦਾ। ਪਰ ਸੱਚਾਈ ਹੈ ਵੀ ਜੇ ਕਿਤੇ ਹੋਏ ਤਾਂ ਬੰਦੇ ਨੂੰ, ਜਿਵੇਂ ਗੁਰੂ ਸਾਹਿਬ ਨੇ ਆਪ ਇਹਨਾਂ ਚੀਜ਼ਾਂ ਨੂੰ ਸਿਖਾਇਆ, ਮੈਂ ਛੋਟਾ ਜਿਹਾ ਜੇ ਹਿੱਸਾ ਹਿਸਟਰੀ 'ਚੋਂ ਬਿਆਨ ਕਰਾਂ, ਗੁਰੂ ਗੋਬਿੰਦ ਸਿੰਘ ਸਾਹਿਬ ਜਿਸ ਵਕਤ 1704 ਦੇ ਵਿੱਚ ਸਾਹਿਬਜ਼ਾਦੇ ਜਾਮੇ ਸ਼ਹਾਦਤ ਪੀ ਜਾਂਦੇ ਨੇ, ਵੱਡੇ ਸਾਹਿਬਜ਼ਾਦੇ ਚਮਕੌਰ ਸ਼ਹੀਦ ਹੋ ਗਏ, ਛੋਟੇ ਸਰਹਿੰਦ ਸ਼ਹੀਦ ਹੋ ਗਏ, ਥੋੜ੍ਹੇ ਸਮੇਂ ਬਾਅਦ ਗੁਰੂ ਸਾਹਿਬ ਖਿਦਰਾਣੇ ਦੀ ਟਾਪ 'ਤੇ ਵਜ਼ੀਰ ਖਾਨ ਦੇ ਦੰਦ ਖੱਟੇ ਕਰਦੇ, ਉਹ ਹਾਰ ਖਾ ਕੇ ਵਾਪਸ ਆਉਂਦਾ, ਫਿਰ ਮੁਗਲੀਆ ਹਾਕਮਾਂ 'ਚ ਇੰਨੀ ਹਿੰਮਤ ਨਹੀਂ ਕਿ ਦੁਬਾਰਾ ਗੁਰੂ ਗੋਬਿੰਦ ਸਿੰਘ ਸਾਹਿਬ ਨਾਲ ਜਾ ਕੇ ਅਟੈਕ ਕਰਨ ਜਾਂ ਮੁਕਾਬਲਾ ਕਰ ਸਕਣ ਫੌਜਾਂ ਲੈ ਕੇ, ਉਹ ਫਿਰ ਦੁਬਾਰਾ ਹੱਲਾ ਕਰਨ ਨਹੀਂ ਆਏ। ਗੁਰੂ ਗੋਬਿੰਦ ਸਿੰਘ ਸਾਹਿਬ ਖੁੱਲ੍ਹੇ ਦੀਵਾਨ ਫਿਰ ਲਗਾਉਂਦੇ ਜਾ ਕੇ ਦਮਦਮਾ ਸਾਹਿਬ, ਜੋ ਦਮਦਮਾ ਸਾਹਿਬ ਗੁਰੂ ਸਾਹਿਬ ਠਹਿਰਦੇ ਨੇ, ਦੀਵਾਨ ਲੱਗ ਰਹੇ ਨੇ। ਅਤੇ ਸਾਨੂੰ ਤਾਰੀਖ ਇਹ ਦੱਸਦੀ ਹੈ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਏਜ ਉਦੋਂ 38 ਆ, 38 ਸਾਲ ਦੀ ਉਮਰ ਹੈ ਸਾਰੇ। ਮਹਾਰਾਜ ਉੱਥੇ ਜਿਹੜਾ ਦਮਦਮਾ ਸਾਹਿਬ ਗੁਰਦੁਆਰਾ ਸਾਹਿਬ ਬਣਿਆ ਹੈਗਾ, ਇਹ ਡੱਲੇ ਦੀ ਹਵੇਲੀ ਸੀਗੀ, ਡੱਲੇ ਦਾ ਤਬੇਲਾ ਸੀ, ਇੱਥੇ ਡੱਲੇ ਦਾ ਪਰਿਵਾਰ ਅੱਜ ਕੱਲ੍ਹ ਰਹਿੰਦਾ, ਜਿਹੜਾ ਉਹ ਕੁਝ ਚੀਜ਼ਾਂ ਦੇ ਦਰਸ਼ਨ ਕਰਾਉਂਦਾ, ਤੁਸੀਂ ਅੰਦਰ ਜਦੋਂ ਜਿਹੜਾ ਹੈਗਾ ਸਾਬੋ ਕਿ ਤਲਵੰਡੀ ਅੰਦਰ ਚਲੇ ਜਾਂਦੇ ਹੋ ਪਿੰਡ ਦੇ ਵਿੱਚ, ਅਤੇ ਉਹ ਫਿਰ ਜਾ ਕੇ ਦੇਖਦੇ ਹੋ, ਉਹ ਉਹਨਾਂ ਦਾ ਤਬੇਲਾ ਸੀਗਾ, ਉਹ ਆਪਣਾ ਪਰਿਵਾਰ ਤਬੇਲੇ ਵਿੱਚ ਲੈ ਆਇਆ, ਜਿਹੜੀ ਉਹਦੀ ਹਵੇਲੀ ਸੀਗੀ, ਇੱਥੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸਿੱਖਾਂ ਨੂੰ ਠਹਿਰਾ ਦਿੱਤਾ ਹੁਣ, ਇਹੀ ਹਵੇਲੀ ਫਿਰ ਗੁਰਦੁਆਰਾ ਸਾਹਿਬ ਬਣ ਗਈ, ਤਖਤ ਬਣਿਆ। ਜਿਹੜੀ ਬਾਤ ਹੋਈ ਉਹ ਇਸ ਰੂਪ ਵਿੱਚ ਕਿ ਮਹਾਰਾਜ ਉੱਥੇ ਠਹਿਰਾ ਕਰ ਰਹੇ ਨੇ, ਸੰਗਤਾਂ ਆ ਰਹੀਆਂ ਨੇ, ਸਭ ਚੱਲ ਰਿਹਾ ਇਸ ਰੂਪ ਦੇ ਵਿੱਚ। ਹੁਣ ਬਾਤ ਹੁੰਦੀ ਅੱਗੇ ਅਗਲੇ ਪੜਾਅ ਦੇ ਵਿੱਚ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਕਿਉਂਕਿ ਅਨੰਦਪੁਰ ਸਾਹਿਬ ਰਹਿੰਦੇ ਸੀ ਅਤੇ ਉਹ ਉਸ ਰੂਪ ਦੇ ਵਿੱਚ ਉਜੜ ਗਿਆ, ਸਭ ਚੀਜ਼ਾਂ ਹੋ ਗਈਆਂ। ਹੁਣ ਸਿੱਖ ਸੰਗਤਾਂ ਨੇ ਕੁਝ ਆ ਕੇ ਸਲਾਹ ਦਿੱਤੀ ਕਿ ਮਹਾਰਾਜ ਵੈਸੇ ਤਾਂ ਹਵੇਲੀ ਵਧੀਆ ਜਿੱਥੇ ਤੁਸੀਂ ਰਹਿ ਰਹੇ ਹੋ ਡੱਲੇ ਦੀ, ਪਰ ਗੱਲ ਇਹ ਹੈਗੀ ਹੈ ਕਿ ਜੇ ਤੁਸੀਂ ਚਾਹੋ ਤਾਂ ਇੱਥੇ ਕੋਈ ਹੋਰ ਨਵੇਂ ਮਹੱਲ ਉਸਾਰ ਦੇਣੇ ਆ, ਨਵਾਂ ਮਕਾਨ ਬਣਾ ਦਿੰਦੇ ਹਾਂ। ਅਤੇ ਉਹਨਾਂ ਦਾ ਕਹਿਣ ਦਾ ਤਰੀਕਾ ਇਹ ਸੀਗਾ ਕਿ ਤੁਸੀਂ ਨਵੀਂ ਜ਼ਿੰਦਗੀ ਸ਼ੁਰੂ ਕਰੋ ਹੁਣ, ਮਤਲਬ ਆਰ ਪਰਿਵਾਰ ਦੁਬਾਰਾ ਬਣਾਓ ਅਤੇ ਸਭ ਚੀਜ਼ਾਂ ਉਸ ਰੂਪ ਦੇ ਵਿੱਚ। ਮਹਾਰਾਜ ਦੱਸੋ ਕਹਿ ਕਿਸ ਕਿਸ ਮਕਾਨ 'ਚ ਵਸਣਾ ਹੁਣ, 38 ਸਾਲ ਦੀ ਏਜ ਕੀ ਹੁੰਦੀ, ਕੁਛ ਵੀ ਨਹੀਂ, ਅਤੇ ਹੁਣ ਦੱਸੋ ਫਿਰ ਕਿੱਥੇ ਮਕਾਨ ਵਗੈਰਾ ਬਣਾਈ ਉਸ ਰੂਪ ਦੇ ਵਿੱਚ। ਅਤੇ ਗੁਰੂ ਗੋਬਿੰਦ ਸਿੰਘ ਸਾਹਿਬ ਹੱਸ ਕੇ ਕਹਿਣ ਲੱਗੇ ਖਾਲਸਾ ਜੀ, ਗੱਲ ਇਹ ਹੈ ਵਾਕਿਆ ਜੀ, ਤੁਸੀਂ ਮੈਨੂੰ ਰੱਖਣਾ ਚਾਹੁੰਦੇ ਹੋ? ਕਹਿੰਦੇ ਹਾਂ, ਨਵਾਂ ਮਕਾਨ ਬਣਾ ਕੇ ਤੁਹਾਨੂੰ ਅਸੀਂ ਉੱਥੇ ਠਹਿਰਾਉਣਾ ਚਾਹੁੰਦੇ ਹਾਂ, ਮਤਲਬ ਅਸੀਂ ਤੁਹਾਨੂੰ ਨਵੀਂ ਜ਼ਿੰਦਗੀ ਸ਼ੁਰੂਆਤ ਕਰਨੀ ਚਾਹੁੰਦੇ। ਸਾਹਿਬ ਕਹਿੰਦੇ ਗੱਲ ਇਹ ਹੈ ਵੀ ਹੁਣ ਵਸਣਾ ਤਾਂ ਹੈ, ਪਰ ਇਹ ਇੱਟਾਂ ਪੱਥਰ ਦੇ ਬਣੇ ਮਕਾਨਾਂ 'ਚ ਨਹੀਂ ਵਸਣਾ ਹੁਣ। ਮਹਾਰਾਜ, ਕੀ ਨਵੇਂ ਮਹਿਲ ਨਹੀਂ, ਨਵਾਂ ਜੀਵਨ ਨਹੀਂ ਸ਼ੁਰੂਆਤ? ਸਾਹਿਬ ਕਹਿੰਦੇ ਨਹੀਂ, ਰਹਿਣਾ ਹੈ ਪਰ ਇੱਥੇ ਨਹੀਂ, ਕਿੱਥੇ ਰਹੋਗੇ ਫਿਰ? ਕਿਹਾ, ਅੱਜ ਤੋਂ ਬਾਅਦ ਮੇਰਾ ਨਿਵਾਸ ਮੇਰੇ ਖਾਲਸੇ 'ਚ ਹੋਏਗਾ।
ਅਸੀਂ ਲਿਟਰਲੀ ਤੌਰ 'ਤੇ ਸ਼ਬਦ ਪੜ੍ਹਦੇ ਹਾਂ, ਖਾਲਸੇ ਮੈਂ ਹੋਂ ਕਰੋ ਨਿਵਾਸ, ਮੇਰਾ ਨਿਵਾਸ ਹੁਣ ਖਾਲਸੇ ਵਿੱਚ ਭਾਵ, ਜਿਹੜਾ ਉਹ ਸਾਰਾ ਪੱਖ ਹੈ ਸਮੇਟ ਦਿੱਤਾ, ਹੁਣ ਉਹਦੀ ਕੋਈ ਆਵਸ਼ਕਤਾ ਨਹੀਂ। ਇਹ ਜਿਹੜੀ ਜਾਂਚ ਆ ਇਹ ਸਿਖਾਈ ਗਈ ਸਾਨੂੰ ਕਿ ਕੁਦਰਤੀ ਤੌਰ 'ਤੇ ਹੈ। ਕਈ ਵਾਰ ਪੂਰੇ ਦੇ ਪੂਰੇ ਪਰਿਵਾਰ ਕੁਣਬੇ ਕੋੜਮੇ ਸਮੇਟੇ ਜਾਂਦੇ ਨੇ ਅਤੇ ਕੁਦਰਤ ਹੈ। ਇਹ ਕਰਤਾਰੀ ਰੰਗ, ਮਤਲਬ ਅਸੀਂ ਸ਼ਬਦ ਪੜ੍ਹੀਏ ਐਸੇ ਘਰ ਹਮ ਬਹੁਤ ਵਸਾਏ, ਪਤਾ ਨਹੀਂ ਕਿੰਨੇ ਵਾਰ ਘਰ ਵਸੇ, ਕਿੰਨੀ ਵਾਰ ਉਜੜੇ, ਕਿੰਨੀ ਵਾਰ ਇਹ ਤੱਤ ਜੁੜੇ ਉਖੜੇ, ਸੰਯੋਗ ਵਿਯੋਗ ਦੋਏ ਕਾਰ ਚਲਾਵੇ, ਤੱਤਾਂ ਦਾ ਸੰਯੋਗ ਤੱਤਾਂ ਦਾ ਵਿਯੋਗ ਇਹ ਕਾਰ ਚਲਾ ਰਿਹਾ। ਵੱਡੀ ਸਪਿਰਚੁਐਲਿਟੀ ਹੈ ਸਾਰੇ ਦੀ ਸਾਰੀ, ਇਹ ਹੈ ਰੂਹਾਨੀਅਤ ਜਿਹੜੀ ਸਮਝ ਆ ਜਾਏ ਬੰਦੇ ਨੂੰ। ਹੁਣ ਜਿਹੜੀ ਬਾਤ ਛੋਟੀ ਜਿਹੀ ਮਿਸਾਲੀ ਤੌਰ 'ਤੇ ਮੈਂ ਇੱਕ ਹੋਰ ਦੇਣੀ ਚਾਹ ਰਿਹਾ ਸੀਗਾ, ਉਹ ਹੈਗੀ ਹੈ ਮੌਲਾਨਾ ਰੂਮੀ ਦੇ ਲੇਖ, ਉਹਦੇ ਆਰਟੀਕਲਸ 'ਚ ਲਿਖੀ ਹੋਈ, ਕਿਸੇ ਨੇ ਟ੍ਰਾਂਸਲੇਸ਼ਨ ਕੀਤੀ ਬੜੀ ਕਮਾਲ ਦੀ ਉਹਦੇ ਦੀਵਾਨ ਵਿੱਚੋਂ। ਉਹ ਹੁੰਦਾ ਇਹ ਹੈ ਕਿ ਉਹਦੇ 'ਚ ਲਿਖਿਆ ਮਿਲਦਾ ਹੈ ਕਿ ਇਹਦਾ ਇੱਕ ਦੋਸਤ ਆ ਰੂਮੀ ਦਾ, ਅਤੇ ਉਹ ਜੀਵਨ ਚੱਲੀ ਜਾਂਦਾ, ਵਿਆਹ ਹੋ ਜਾਂਦਾ, ਉਮਰ ਪੈ ਜਾਂਦੀ ਵਿਆਹ ਹੋਣ ਤੋਂ ਬਾਅਦ ਵੀ, ਅਤੇ ਉਹ ਕਾਫੀ ਛੇਕੜ ਉਮਰ ਦੇ ਵਿੱਚ, ਪਛਲੇਰੀ ਉਮਰ ਦੇ ਵਿੱਚ ਬੱਚਾ ਪ੍ਰਾਪਤ ਹੁੰਦਾ। ਜਦੋਂ ਬੱਚਾ ਪ੍ਰਾਪਤ ਹੁੰਦਾ ਪਛਲੇਰੀ ਉਮਰ ਦੇ ਵਿੱਚ, ਅਤੇ ਪਿਆਰ ਬੜਾ ਪੈ ਜਾਂਦਾ, ਕਿਉਂਕਿ ਉਡੀਕ ਬੜੀ ਹੁੰਦੀ ਹੈ, ਉਹਦੇ ਨਾਲ ਮੋਹ ਲੱਗ ਜਾਂਦਾ, ਮੋਹ ਦੇ 'ਚ ਬੜਾ ਹੁਣ ਰਾਤ ਦਿਨ ਉਹਦੇ ਨਾਲ ਖੁਸ਼ ਰਹਿੰਦਾ, ਬੜਾ ਖੇਡਦਾ ਆ ਸਭ। ਬੱਚਾ ਵੱਡਾ ਹੋ ਰਿਹਾ ਹੌਲੀ ਹੌਲੀ, ਉਹ ਆਲਮੋਸਟ ਕੋਈ ਟੀਨ ਏਜ 'ਚ ਜਾਂਦਾ ਆ, ਮਤਲਬ ਕਿਸ਼ੋਰਾ ਅਵਸਥਾ ਜਿਹਨੂੰ ਕਹਿੰਦੇ ਆ, ਜਵਾਨੀ ਦੀ ਦਹਿਲੀਜ਼ ਦੇ ਉੱਤੇ ਜਾ ਰਿਹਾ ਹੈਗਾ, ਫੌਤ ਹੋ ਜਾਂਦਾ, ਉਹਦੀ ਮੌਤ ਹੋ ਜਾਂਦੀ ਹੈ। ਹੁਣ ਮੌਤ ਹੋ ਜਾਂਦੀ ਹੈ ਅਤੇ ਮਤਲਬ ਉਹਦੀ ਤਾਂ ਜ਼ਿੰਦਗੀ ਇੰਝ ਕਹਿ ਲਓ ਕਿ ਹੁਣ ਤਾਂ ਬੜੀ ਮੁਸ਼ਕਲ ਦੇ ਨਾਲ, ਜਿਹੜੇ ਚੰਗੇ ਪੜਾਅ ਵਿੱਚ ਤਾਂ ਤੁਰੀ ਸੀਗੀ, ਆਹ ਤਾਂ ਬੜਾ ਵੱਡਾ ਮੁਸ਼ਕਲ ਬਣ ਗਈ, ਬੜਾ ਵੱਡਾ ਚੈਲੇਂਜ ਆ। ਖੈਰ ਉਹ ਰੋਂਦਾ ਆ ਬੜੀ ਬੁਰੀ ਤਰ੍ਹਾਂ, ਕੁਰਲਾਉਂਦਾ ਆ, ਸਭ ਵਾਈਫ ਉਹਦੀ ਵੇਖਦੀ ਹੈ ਵੀ ਇਹ ਸਭ ਹੋ ਰਿਹਾ। ਇੱਕ ਦਿਨ ਰੋਂਦਾ ਆ, ਦੋ ਦਿਨ ਰੋਂਦਾ ਆ, ਤੀਜੇ ਦਿਨ ਉਹ ਰਾਤ ਨੂੰ ਸੌਂਦਾ, ਸਵੇਰੇ ਉੱਠਦਾ, ਤਾਂ ਉੱਠ ਕੇ ਆਰਾਮ ਦੇ ਨਾਲ ਵਾਈਫ ਨੂੰ ਕਹਿੰਦਾ ਮੇਰੇ ਵਾਸਤੇ ਕਾਹਵਾ ਵਗੈਰਾ ਬਣਾਓ, ਪੀਂਦਾ ਅਤੇ ਆਪਣਾ ਕੰਮ ਕਾਰ 'ਤੇ ਤੁਰ ਪੈਂਦਾ। ਵਾਈਫ ਸੋਚਦੀ ਇਹ ਪਾਗਲ ਹੋ ਗਿਆ, ਇਹਨੂੰ ਐਡਾ ਸ਼ੌਕ ਲੱਗਾ, ਇਹਨੂੰ ਤਾਂ ਇੰਝ ਲੱਗਦਾ ਜਿਵੇਂ ਭੁੱਲ ਹੀ ਗਿਆ ਸਾਰਾ ਕੁਝ, ਕਿਸੇ ਦਿਮਾਗ 'ਤੇ ਨਹੀਂ ਹਿੱਲ ਗਿਆ ਇਹਦਾ। ਦੋ ਦਿਨ ਪਹਿਲਾਂ ਇਹ ਨਾ ਕੁਝ ਖਾ ਰਿਹਾ ਸੀ ਪੀ ਰਿਹਾ, ਇੱਕ ਦਿਨ ਪਹਿਲਾਂ ਨਾ ਕੁਝ ਖਾ ਰਿਹਾ ਸੀ ਨਾ ਪੀ ਰਿਹਾ ਸੀ, ਰੋ ਰਿਹਾ ਸੀ ਪਿਛਲੇ ਦੋ ਦਿਨਾਂ ਤੋਂ, ਅੱਜ ਕੀ ਹੋ ਗਿਆ? ਅਜੇ ਬਿਲਕੁਲ ਸਭ ਨੋਰਮਲ, ਜਿਵੇਂ ਬੰਦ ਕੁਛ ਹੋਇਆ ਹੀ ਨਹੀਂ ਗਾ, ਇਸ ਤਰੀਕੇ ਨਾਲ ਆਪਣਾ ਕੰਮ 'ਤੇ ਜਾ ਰਿਹਾ ਹੈਗਾ। ਖੈਰ ਉਹਨੂੰ ਗੱਲ ਸਮਝ ਨਹੀਂ ਲੱਗੀ ਹੋਇਆ ਕੀ ਹੈ, ਉਹ ਰੂਮੀ ਨੂੰ ਬੁਲਾਉਂਦੀ ਹੈ ਅਤੇ ਬੁਲਾ ਕੇ ਕਹਿੰਦੀ ਹੈ ਆਹ ਹਾਲਤ ਬਣੀ ਹੈ। ਖੈਰ ਉਹ ਕੰਮ ਤੋਂ ਜਦੋਂ ਵਾਪਸ ਆਉਂਦਾ ਅਤੇ ਰੂਮੀ ਉਹਨੂੰ ਮਿਲਦਾ, ਰੂਮੀ ਬੈਠ ਕੇ ਉਹਦੇ ਨਾਲ ਗੱਲ ਕਰਦਾ, ਕਹਿੰਦਾ ਤੂੰ ਠੀਕ ਹੈ? ਉਹ ਕਹਿੰਦਾ ਬਿਲਕੁਲ ਠੀਕ, ਮੈਂ ਕੋਈ ਦਿੱਕਤ ਨਹੀਂ। ਰੂਮੀ ਨੂੰ ਵੀ ਲੱਗਦਾ ਕਮਾਲ ਹੋ ਗਈ, ਇਹ ਕੱਲ੍ਹ ਤੱਕ ਤਾਂ ਬੜਾ ਦੁਖੀ ਸੀ, ਅੱਜ ਇਸ ਤਰੀਕੇ ਨਾਲ ਕਹਿ ਰਿਹਾ। ਕਹਿੰਦਾ ਵੀ ਤੈਨੂੰ ਪਤਾ ਉਹ ਕੁਝ ਉਹਦੀਆਂ ਗੱਲਾਂ ਯਾਦ ਕਰਾਉਂਦਾ ਵੀ ਤੇਰਾ ਬੱਚਾ ਫੌਤ ਹੋ ਗਿਆ? ਕਹਿੰਦਾ ਹਾਂ ਹਾਂ ਸਭ, ਆਹ ਬੱਚਾ ਫੌਤ ਹੋ ਗਿਆ, ਪਰਸੋਂ ਅਸੀਂ ਜਿਹੜਾ ਹੈਗਾ ਉਹਨੂੰ ਦਫਨਾਇਆ ਹੈਗਾ ਸਭ। ਉਹ ਕਹਿੰਦਾ ਯਾਦਾਸ਼ਤ 'ਤੇ ਕੁਝ ਕੰਮ ਕਰਦੀ ਹੈ, ਚੀਜ਼ਾਂ ਵੀ ਸਾਰੀਆਂ ਯਾਦ ਨੇ, ਕੰਮਕਾਰ ਵੀ ਠੀਕ ਕਰ ਰਿਹਾ, ਪਰ ਇਹ ਉਸ ਲੈਵਲ ਦਾ ਦੁੱਖ ਦਾ ਇਜ਼ਹਾਰ ਨਹੀਂ ਕਰ ਰਿਹਾ ਜਿਵੇਂ ਦੋ ਦਿਨ ਇੱਕ ਦਿਨ ਪਹਿਲਾਂ ਕਰ ਰਿਹਾ ਸੀ ਬੀਤੇ ਦੋ ਦਿਨਾਂ ਤੋਂ। ਉਹ ਖੈਰ ਫਿਰ ਅਖੀਰ ਰੂਮੀ ਉੱਤੋਂ ਸਿੱਧਾ ਪੁੱਛਦਾ, ਕਹਿੰਦਾ ਇਹ ਤੈਨੂੰ ਦੁੱਖ ਨਹੀਂ ਗਾ ਸਾਰਾ ਕੁਛ? ਕਹਿੰਦਾ ਹਾਂ ਹਾਂ ਮੈਂ ਸਮਝਦਾ, ਕਹਿੰਦਾ ਰੂਮੀ ਮੈਂ ਸਮਝਦਾ ਜਿਹੜੀ ਗੱਲ ਤੂੰ ਪੁੱਛਣੀ ਚਾਹ ਰਿਹਾ, ਮੈਂ ਬੜਾ ਦੁਖੀ ਸੀਗਾ, ਮਤਲਬ ਬੱਚਾ ਮੇਰਾ ਫੌਤ ਹੋ ਗਿਆ, ਮੈਨੂੰ ਲੱਗਾ ਜ਼ਿੰਦਗੀ ਖਤਮ ਹੋ ਗਈ, ਸਭ ਕੁਝ ਖਤਮ ਹੋ ਗਿਆ, ਮੈਨੂੰ ਵੀ ਮਰੀ ਜਾਣਾ ਚਾਹੀਦਾ ਹੈਗਾ, ਕੁਛ ਬੱਚੇ ਹੀ ਨਹੀਂ ਪਿੱਛੇ। ਕਹਿੰਦਾ ਪਰ ਫਿਰ ਮੈਨੂੰ ਬੀਤੀ ਰਾਤ ਸੋਚਦਿਆਂ ਸੋਚਦਿਆਂ ਖਿਆਲ ਆਇਆ
ਜਦੋਂ ਇਹ ਬੱਚਾ ਮੇਰੇ ਕੋਲ ਨਹੀਂ ਸੀ ਆਇਆ, ਜ਼ਿੰਦਗੀ ਤਾਂ ਉਦੋਂ ਵੀ ਸੀ, ਬੜੀ ਖੁਸ਼ ਸੀ, ਬੜੀ ਸੌਖੀ ਸੀ, ਬੜੀ ਵਧੀਆ ਸੀ। ਇਹ ਵਿੱਚ ਆ ਗਿਆ, ਵਿੱਚ ਆਇਆ ਫਿਰ ਚੰਗੀ ਹੋ ਗਈ, ਹੁਣ ਇਹ ਚਲਾ ਗਿਆ, ਚਲਾ ਗਿਆ ਅਤੇ ਸੋਚ ਸੋਚ ਫਿਰ ਮੈਂ ਵਾਪਸ ਉੱਥੇ ਲੈ ਗਿਆ। ਇਹਦਾ ਆਉਣਾ ਜਾਣਾ ਇੱਕ ਸੁਪਨਾ ਹੀ ਸੀਗਾ, ਬਸ ਸੁਪਨਾ ਪੂਰਾ ਹੋ ਗਿਆ, ਅੱਖ ਖੁੱਲ੍ਹ ਗਈ ਹੈ, ਹੁਣ ਮੈਂ ਬੈਕ ਉੱਥੇ ਚਲਾ ਗਿਆ ਜਿੱਥੇ ਜ਼ਿੰਦਗੀ ਪਹਿਲਾਂ ਚੱਲਦੀ ਸੀ। ਕੋਈ ਦੁੱਖ ਨਹੀਂ ਗਾ, ਕੋਈ ਅਫਸੋਸ ਨਹੀਂ, ਕੋਈ ਚੋਰਾ ਨਹੀਂ, ਗਮ ਵੀ ਕੋਈ ਨਹੀਂ, ਕਿਸੇ 'ਤੇ ਇਤਰਾਜ਼ ਵੀ ਕੋਈ ਨਹੀਂ ਹੈਗਾ। ਹੁਣ ਆਹ ਜਿਹੜੀ ਚੀਜ਼ ਆ, ਐਕਚੁਅਲੀ ਬਾਣੀ ਵਾਰ ਵਾਰ ਕਹਿ ਰਹੀ ਸੁਪਨਾ ਹੀ ਹੈ, ਕੁਛ ਵੀ ਨਹੀਂ ਹੈਗਾ, ਸਭ ਸੁਪਨਾ ਆ। ਜੇ ਬੰਦੇ ਨੂੰ ਇਹ ਅਕਾਲ ਪੁਰਖ ਵਾਹਿਗੁਰੂ ਦਾ ਨਿਯਮ ਹੁਕਮ ਚੇਤੇ ਆ ਜਾਏ, ਇਹ ਹੁਕਮ ਹੈ ਉਹਦਾ, ਜਿਹਨੂੰ ਸਾਹਿਬ ਨੇ ਕਿਹਾ ਇਹ ਸਮਝ ਕੇ ਵੀ ਸਮਝ ਨਹੀਂ ਪਾਉਂਦਾ, ਇਸੇ ਲਈ ਹੁਕਮ ਨਾ ਜਾਣਾ ਬਹੁਤਾ ਰੋਵਾ, ਜਦੋਂ ਹੁਕਮ ਨਹੀਂ ਸਮਝਦਾ ਬਹੁਤ ਜ਼ਿਆਦਾ ਰੋਂਦਾ, ਅੰਤਰ ਧੋਖਾ ਨੀਂਦ ਨਾ ਸੋਵੈ, ਜਿੱਥੇ ਯਾਦ ਆ ਗਿਆ ਤਾਂ ਕੋ ਧੋਖਾ ਕਹਾਂ ਵਿਆਪੈ, ਕੋਈ ਧੋਖਾ ਨਹੀਂ ਤਾਂ ਬੰਦਾ ਅਕਸਰ ਕਹਿੰਦਾ ਵੀ ਓਹੋ ਮੇਰੀ ਤਾਂ ਕਿਸਮਤ ਧੋਖਾ ਦੇ ਗਈ, ਮੈਨੂੰ ਤਾਂ ਫਲਾਣਾ ਮੈਂਬਰ ਧੋਖਾ ਦੇ ਗਿਆ। ਭਾਈ ਕੋਈ ਨਹੀਂ, ਇਹ ਤਾਂ ਇਹ ਹੁਕਮ ਆ, ਹੁਕਮ ਨਾ ਜਾਣਾ ਬਹੁਤਾ ਰੋਵੈ, ਅੰਤਰ ਧੋਖਾ ਨੀਂਦ ਨਾ ਸੋਵੈ। ਜਦੋਂ ਅੰਦਰ ਆਪਣੇ ਆਪ ਨਾਲ ਧੋਖਾ ਕਰ ਰਿਹਾ, ਭਾਵ ਉਸ ਹੁਕਮ ਤੋਂ ਆਪਣੇ ਆਪ ਨੂੰ ਜਿਹੜਾ ਉਹਨੂੰ ਇਗਨੋਰ ਕਰ ਰਿਹਾ, ਪਲੇ ਇਨੋਸੈਂਟ ਕਰ ਰਿਹਾ ਵੀ ਆਈ ਡੋਂਟ ਨੋ ਐਨੀਥਿੰਗ, ਪਤਾ ਨਹੀਂ ਮਦਰ ਨੇਚਰ ਵਟ ਹੈਵ ਡਨ ਟੂ ਮੀ। ਨੋ ਨੋ ਨੋ, ਦੈਟ ਇਜ਼ ਰਿਐਲਿਟੀ, ਕੀ ਅੱਜ ਤੱਕ ਸੰਸਾਰ 'ਤੇ ਰਿਹਾ ਅਤੇ ਕੀ ਰਹੇਗਾ। ਬਦਲਾਅ ਨਿਯਮ ਕੁਦਰਤ ਦਾ ਹੈਗਾ, ਕਦੀ ਡਾਇਨਾਸੋਰ ਸੀ, ਡਾਇਨਾਸੋਰ ਤੋਂ ਜਿਹੜੀ ਹੈਗੀ ਹੈ ਹੋਰ ਕ੍ਰੀਚਰ ਆਏ, ਹੋਰ ਕ੍ਰੀਚਰ ਤੋਂ ਕਰਦਿਆਂ ਕਰਦਿਆਂ ਦੋ ਪੈਰਾਂ 'ਤੇ ਤੁਰਨ ਵਾਲੇ, ਅੱਜ ਅਸੀਂ ਤੁਸੀਂ ਬਿਲੀਅਨਸ ਆਫ ਦੇ ਹੈ ਗਿਣਤੀ ਤੁਰੇ ਫਿਰਦੇ ਹਾਂ, ਅਤੇ ਕੀ ਸੋਚਦੇ ਹਾਂ ਸਾਰਾ ਕੁਛ ਐਵੇਂ ਚੱਲੇਗਾ। ਨਹੀਂ, ਤਬਦੀਲੀ ਅਸੈਂਸ਼ੀਅਲ ਪਾਰਟ ਹੈ ਲਾਈਫ ਦਾ, ਇਹ ਮਦਰ ਨੇਚਰ ਦੇ ਲਾਅ ਦਾ ਹਿੱਸਾ ਆ। ਸਭ ਕਹਿੰਦੇ ਜਿਹਨੂੰ ਸਮਝ ਆ ਗਿਆ, ਅੰਤਰ ਧੋਖਾ ਨੀਂਦ ਨਾ ਸੋਵੈ, ਜਿਹੜੀ ਉਹ ਹਾਲਤ ਹੈ, ਫਿਰ ਜੇ ਨਹੀਂ ਸਮਝ ਆਈ ਫਿਰ ਤਾਂ ਨੀਂਦ ਨਹੀਂ ਆਏਗੀ, ਫਿਰ ਤਾਂ ਉਹ ਧੋਖਾ ਵਿਆਪਰੇਗਾ। ਪਰ ਜਿਹਨੂੰ ਸਮਝ ਲੱਗ ਗਈ, ਜੇ ਤਨ ਖਸਮੈ ਚੱਲੇ ਰਜ਼ਾਈ, ਦਰ ਕਰ ਸੋਭਾ ਮਹਿਲ ਬੁਲਾਈ, ਜੇ ਸਮਝ ਆ ਗਈ ਫਿਰ ਉਹਦੀ ਰਜ਼ਾ ਵਿੱਚ ਰਾਜ਼ੀ ਰਹਿੰਦਾ ਜਿੱਥੇ ਕਰਤਾਰ ਰੱਖੇ। ਮਹਾਰਾਜ ਕਹਿੰਦੇ ਜਿਹਨੂੰ ਸਮਝ ਆਈ ਤਾਂ ਕੋ ਧੋਖਾ ਕਹਾਂ ਵਿਆਪੈ, ਜਾਂ ਕੋ ਓਟ ਤੁਹਾਰੀ, ਉਹਨੂੰ ਫਿਰ ਉਹਦੀ ਓਟ ਜਿਹੜੀ ਹੈਗੀ ਹੈ ਉਹ ਲੈ ਕੇ, ਉਹ ਆਪਣਾ ਜਿਹੜਾ ਉਹਦਾ ਬਣਦਾ ਸਰਦਾ ਆਪਣਾ ਕਰਮ ਹੈ ਉਹਦੇ 'ਤੇ ਫੋਕਸ ਕਰਦਾ, ਬਾਕੀ ਜੋ ਕਰਤਾਰ ਨੂੰ ਪਾਵੈ। ਅਗਲਾ ਜਿਹੜੀਆਂ ਲਾਈਨਾਂ ਨੇ, ਕਹਿੰਦੇ ਨੇ ਬਿਨ ਸਿਮਰਨ ਜੋ ਜੀਵਨ ਬਲਨਾ, ਸਰਬ ਜੈਸੇ ਅਰਜਾਰੀ। ਬਾਣੀ ਦਾ ਬਚਨ ਹੈ, ਰੱਜ ਨਾ ਕੋਈ ਜੀਵਿਆ ਕੂੜੇ ਪਰਵਾਸੇ। ਕੋਈ 20 ਸਾਲ ਜੀ ਲਏ, 30 ਸਾਲ, 50 ਸਾਲ, 100 ਸਾਲ, ਫਿਰ ਵੀ ਲੱਗਦਾ ਥੋੜ੍ਹਾ ਆ, ਅਜੇ ਪੂਰਾ ਨਹੀਂ ਹੋਇਆ। ਇਹ ਸਾਡੇ ਕੋਲ ਰਿਕਾਰਡ ਪਏ ਨੇ ਕਿ ਜੇ ਅਸੀਂ ਕੋਈ 70-80 ਵਰੇ ਪਿੱਛੇ ਚਲੇ ਜਾਈਏ, ਐਵਰੇਜ ਏਜ ਹੀ ਬੰਦੇ ਦੀ 24 ਸਾਲ ਸੀ, ਐਵਰੇਜ ਏਜ ਔਸਤਨ, ਕੋਈ ਵੱਧ ਜੀ ਗਿਆ ਘੱਟ, ਪਰ ਐਵਰੇਜ ਏਜ ਸੀਗੀ। ਅੱਜ ਐਵਰੇਜ ਏਜ ਜਿਹੜੀ 80 ਕਰੋਸ ਕਰ ਰਹੀ ਸੀਗੀ। ਮਤਲਬ ਇਹ ਹੈ ਕਿ ਜੇ ਪਹਿਲਾਂ 24 ਹੁਣ 80 ਕਰੋਸ ਕਰ ਰਹੀ ਹੈ, ਇਹ ਵੀ ਹੋ ਸਕਦਾ 100 ਤੋਂ ਵੱਧ ਹੋ ਜਾਏ, ਇਹ ਵੀ ਹੋ ਸਕਦਾ 50 ਤੋਂ ਥੱਲੇ ਆ ਜਾਏ। ਪਰ ਜੇ ਬੰਦਾ ਕਹੇ ਕਿ ਨਹੀਂ ਨਹੀਂ ਸਾਲ ਵੱਧ ਜੀਏ ਜਾਣ, ਹੋਰ ਵੱਧ, ਹੋਰ ਵੱਧ, ਕਿੰਨੇ ਕੁ ਵੱਧ, ਬਾਣੀ ਨੇ ਕਿਹਾ ਜੇ 100 ਵਰਿਆਂ ਜੀਵਣਾ ਭੀਤਨ ਹੋ ਸਿੱਖੇ, ਜੇ ਸੈਂਕੜੇ ਦੇ ਸੈਂਕੜੇ ਵਰੇ ਵੀ ਜੀਏਗਾ, ਆਖਿਰਕਾਰ ਤਾਂ ਮਿੱਟੀ 'ਚ ਹੀ ਜਾਣਾ, ਮਿੱਟੀ 'ਚੋਂ ਆਇਆ, ਮਿੱਟੀ ਰੂਪ ਆ ਇਹਦਾ। ਪਰ ਬਹੁਤਾ ਜੀਵਨ ਲੱਗਾ, ਲੰਬਾ ਜੀਵਨ ਜੀ ਜੀ ਕੇ ਪ੍ਰਾਪਤ ਕੀ ਕਰਨਾ ਹੈ ਤੂੰ, ਜੇ ਤਾਂ ਸੱਪ ਬਣ ਕੇ ਜਿਉਣਾ। ਸੱਪ ਬਣਨ ਦਾ ਮਤਲਬ ਕੀ ਹੈ, ਅੱਜ ਸੰਸਾਰ ਵੱਲ ਝਾਤ ਮਾਰ ਕੇ ਦੇਖੋ, ਸੱਪ ਨੂੰ ਕਿਹਾ ਜਾਂਦਾ ਹੈ ਕਿ ਇਹ ਨਾ ਜਿਹੜਾ ਹੈਗਾ ਸੋਨੇ ਚਾਂਦੀ ਦੇ ਉੱਤੇ ਕੁੰਡਲ ਮਾਰ ਕੇ ਬੈਠਦਾ, ਮੈਂ ਇਤਿਹਾਸਕ ਤੌਰ 'ਤੇ। ਲਾਲਚ ਦੀ ਦੁਨੀਆ, ਸਵਾਰਥ ਦੀ ਦੁਨੀਆ, ਜਿਹਨੂੰ ਸਾਹਿਬ ਨੇ ਕਿਹਾ ਕਿ ਅੰਤਕਾਲ
ਜੋ ਲਛਮੀ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ। ਸਰਪ ਜੋਨ ਵਲਵਲ ਔਤਰੈ। ਹੁਣ ਜੇ ਸਵਾਏ ਮਾਇਆ ਲਛਮੀ ਪੈਸਾ ਦਮੜਾ ਇਹਦੇ, ਤੇ ਅੱਜ ਵੀ ਤੁਸੀਂ ਦੇਖੋ ਵੱਡੇ ਲੈਵਲ 'ਤੇ ਫਿਕਰ ਇਹ ਨਹੀਂ ਕਿ ਹਿਊਮੈਨਿਟੀ ਦੀ ਵੈਲਬੀਇੰਗ ਦਾ, ਵੱਡੇ ਲੈਵਲ 'ਤੇ ਫਿਕਰ ਇਹ ਪਿਆ ਮਾਰਕੀਟ ਦਾ ਕੀ ਬਣੇਗਾ, ਕ੍ਰੈਸ਼ ਕਰ ਗਈ, ਪੈਸਾ ਸਰਮਾਇਆ ਹੱਦ ਹੋ ਗਈ। ਮੈਂ ਤਾਂ ਚੀਜ਼ਾਂ ਕਈ ਵਾਰੀ ਦੇਖਦਾ ਵਾਂ, ਬੰਦਾ ਖੁਦ ਆਪਣੇ ਹੀ ਹੱਥਾਂ ਨਾਲ ਬਣਾਉਂਦਾ, ਆਪਣੇ ਅੱਖਾਂ ਨਾਲ ਵੇਖਦਾ, ਫਿਰ ਉਹਨੂੰ ਆਪਣੇ ਜ਼ਿਹਨ 'ਚ ਨਹੀਂ ਪਾਉਂਦਾ। ਜਿਹੜੀ ਇੱਕ ਬੜੇ ਵੱਡੀ ਟ੍ਰੈਜਡੀ ਹੋਈ ਸੀ ਇੱਥੇ ਸਾਡੇ ਕੈਨੇਡਾ ਦੇ ਸ਼ੋਰਸ ਦੇ ਨੇੜੇ ਹੀ, ਕਾਫੀ ਸਮੇਂ ਪਹਿਲਾਂ ਜਹਾਜ਼ ਡੁੱਬਾ ਸੀਗਾ ਅਤੇ ਟਾਈਟੈਨਿਕ ਉਹਦੇ ਉੱਤੇ ਮੂਵੀ ਬਣੀ, ਅਤੇ ਉਹ ਟਾਈਟੈਨਿਕ ਦੀ ਮੂਵੀ ਦੇ ਵਿੱਚ ਜਦੋਂ ਫਿਰ ਉਹ ਬੜੀ ਅਮੀਰੀ ਵਿਖਾਈ ਲੋਕਾਂ ਦੀ, ਬਿਲਕੁਲ ਅੱਜ ਵਰਗੇ ਕਰੂਜ਼ ਸ਼ਿਪਾਂ ਦੀ ਹਾਲਤ ਤੁਸੀਂ ਦੇਖੋ ਅਤੇ ਫਿਰ ਉਸਨੂੰ ਕੰਪੈਰੀਜ਼ਨ ਕਰਕੇ ਦੇਖੋ, ਅਤੇ ਉਹ ਫਿਰ ਉਹ ਵਿਖਾਉਂਦਾ ਉਹਦੇ ਵਿੱਚ ਵੀ ਉਹ ਰਿਸ਼ਵਤ ਬਰਾਈਬ ਦਿੰਦਾ ਬੰਦਿਆਂ ਨੂੰ ਬੇੜੀ 'ਤੇ ਬਹਿਣ ਵਾਸਤੇ, ਤਾਂ ਅਖੀਰ ਜਦੋਂ ਫਿਰ ਉਹ ਬੇੜੀਆਂ ਮੁੱਕਣ ਲੱਗਦੀਆਂ ਨੇ ਅਤੇ ਉਹ ਉਹਨੂੰ ਕਹਿੰਦਾ ਵੀ ਮੇਰੀ ਜਗ੍ਹਾ ਕਿੱਥੇ ਲਿਆ, ਉਹ ਕਹਿੰਦਾ ਤੇਰੀ ਜਗ੍ਹਾ ਕੋਈ ਨਹੀਂ ਹੈ। ਕਹਿੰਦਾ ਕਿਉਂ ਨਹੀਂ ਹੈ, ਮੈਂ ਤੈਨੂੰ ਉਹ ਐਕਸਟਰਾ ਪੇ ਕੀਤਾ ਸੀਗਾ। ਉਹ ਫਿਰ ਕੱਢ ਕੇ ਸਾਰੀ ਪੇਮੈਂਟ ਕਹਿੰਦਾ ਲੈ ਫੜ, ਇਟਸ ਨਥਿੰਗ, ਜ਼ੀਰੋ, ਲਾਈਫ ਹੈ ਅਤੇ ਸਭ ਕੁਛ ਹੈ, ਜੇ ਇਹ ਨਹੀਂ ਫਿਰ ਕੁਛ ਵੀ ਨਹੀਂ। ਸਰਪ ਜੈਸੇ ਅਰਜਾਰੀ, ਜੇ ਬੰਦੇ ਨੂੰ ਉਮਰਾਂ ਹੀ ਭੋਗਣੀਆਂ ਨੇ ਤਾਂ ਉਮਰਾਂ ਭੋਗਣੀਆਂ ਨੇ, ਜਿਵੇਂ ਸੱਪ ਉਮਰ ਭੋਗਦਾ ਹੈਗਾ, ਕੀ ਫਾਇਦਾ ਉਹਦਾ। ਜੀਵਨ ਜੀ ਇਨਸਾਨ ਬਣ ਕੇ, ਕਿਸੇ ਦੇ ਦੁੱਖ ਸੁੱਖ ਦਾ ਭਾਗੀ ਬਣ, ਆਪ ਧਰਤੀ ਦੇ ਉੱਤੇ ਪੈਰ ਰੱਖ ਕੇ ਤੁਰ, ਹਰ ਵਕਤ ਇਹ ਹੀ ਨਾ ਹੋ ਜਾ। ਇਹ ਚੀਜ਼ਾਂ ਜਿਹੜੀਆਂ ਨੇ ਸਿਖਾਉਣ ਵਾਸਤੇ, ਗੁਰੂ ਬਾਬਾ ਜੀ ਕਹਿੰਦੇ ਜਦੋਂ ਸਿਮਰਨ ਨਹੀਂ, ਸਿਮਰਨ ਕੀ ਹੈ ਰੱਬ ਦਾ, ਸਿਮਰਨ ਕਿਹਦਾ, ਕਾਲ ਦਾ, ਮੌਤ ਦਾ। ਯਾਦ ਰੱਖ ਸਾਰੀ ਬਾਣੀ ਵਾਰ ਵਾਰ ਪੜ੍ਹੋਗੇ, ਰਾਮ ਗਇਓ ਰਾਵਣ ਗਇਓ ਜਾਂ ਕੋ ਬਹੁ ਪਰਿਵਾਰ, ਇਹੋ ਜਿਹੇ ਸਿਮਰਨ ਕਰੋ ਹਰ ਰੋਜ਼, ਇਹੋ ਜਿਹੀਆਂ ਗੱਲਾਂ ਦੁਹਰਾਓ, ਮਨ ਟਿਕਾਣੇ ਦਾ ਰਹੇਗਾ। ਜਦੋਂ ਬਾਣੀ 'ਚ ਇਹ ਸ਼ਬਦ ਪੜ੍ਹਾਂਗੇ, ਐਸੋ ਇਹ ਸੰਸਾਰ ਪੇਖਣਾ ਰਹਿਣ ਨਾ ਕੋਉ ਪਈ ਹੈ ਰੇ, ਸੂਧੇ ਸੂਧੇ ਰਹਿੰਗ ਚਲੋ ਤੁਮ, ਨਤਰ ਕੁਤੱਕਾ ਦੀ ਵਈ ਹੈ ਰੇ। ਉਹ ਬੰਦਾ ਸਿੱਧਾ ਹੋ ਕੇ ਤੁਰ, ਐਸਾ ਐਸਾ ਨਾ ਹੋਏ, ਸਾਧ ਕੇ ਸੰਗ ਨਾ ਵਿੰਘਾ ਪੈਰ, ਕਦਲੀ ਵਿੰਗੇ ਟੇਢੇ ਪੈਰ ਰੱਖ ਰਿਹਾ, ਕਦਲੀ ਇਸ ਸਾਰੇ ਸੰਸਾਰ ਦੇ 'ਚ ਵਿੰਗੇ ਟੇਢੇ ਪਾਸੇ ਤੁਰਿਆ ਜਾਂਦਾ। ਸਰਪ ਜੈਸੇ ਅਰਜਾਰੀ, ਸੱਪ ਦਾ ਕੰਮ ਕੀ ਹੁੰਦਾ, ਸੱਪ ਡਿੰਡਾ ਡਿੰਗਾ ਟੇਢਾ ਤੁਰਦਾ। ਇਹ ਬੜੀ ਮੈਟਾਫੋਰਿਕ ਵੇਰਨ ਗੱਲ ਲਿਖੀ ਹੈ, ਮਤਲਬ ਵਲ ਪਾ ਪਾ ਕੇ ਇਸ ਤਰੀਕੇ ਨਾਲ ਬੰਦੇ ਨੂੰ ਕਿਹਾ ਗਿਆ ਸਿੱਧਾ ਤੁਰ, ਸਟੇਟ ਫਾਰਵਰਡ, ਸਿੱਧੇ ਰਾਹ ਦੇ ਉੱਤੇ ਪੈ। ਸਾਹਿਬ ਕਹਿੰਦੇ ਬਿਨ ਸਿਮਰਨ ਜੋ ਜੀਵਨ ਬੱਲਾਂ ਸਰਪ ਜੈਸੇ ਅਰਜਾਰੀ, ਨਵ ਖੰਡਨ ਕੋ ਰਾਜ ਕਮਾਵੈ। ਹਾਂ, ਨੌ ਖੰਡਾਂ ਦਾ ਰਾਜਾ ਵੀ ਹੋ ਜਾਏ, ਅੱਜ ਦਾ ਮਨੁੱਖ ਮੋਸਟਲੀ ਤਾਂ ਇਹੀ ਮੰਨਦਾ ਵੀ ਨੌ ਖੰਡਾਂ ਦਾ ਰਾਜਾ ਆ। ਅੱਜ ਕੁਝ ਮੁਲਖਾਂ ਨੇ ਕਿਹਾ ਵੀ ਨਹੀਂ 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 ਫਲਾਂ ਜਗ੍ਹਾ ਤੋਂ ਜਹਾਜ਼ ਉੱਡ ਕੇ ਸਾਡੇ ਜਿਹੜਾ ਹੈਗਾ ਕਿਸੇ ਪੋਰਟ 'ਤੇ ਨਹੀਂ ਆ ਸਕਦੇ, ਇਸੇ ਗੱਲ ਤੋਂ ਮੁਸ਼ਕਲ ਬਣ ਕੇ ਕੀ ਬਣੇਗਾ, ਕਿਵੇਂ ਸਰਵਾਈਵ ਕਰਾਂਗੇ ਜੇ ਇੱਧਰ ਉੱਧਰ ਨਾ ਜਾਣਾ ਉੱਧਰ ਰੁਕ ਗਿਆ ਉਸ ਰੂਪ ਦੇ ਵਿੱਚ। ਬੰਦਾ ਨਵ ਖੰਡਾਂ ਦਾ ਰਾਜਾ ਬਣ ਗਿਆ, ਉਹਨੂੰ ਲੱਗਦਾ ਸਾਰੀ ਦੁਨੀਆ ਮੇਰੀ ਹਕੂਮਤ ਆ, ਮੈਂ ਜਿੱਥੇ ਚਾਹਾਂ ਜੋ ਉਸ ਰੂਪ ਦੇ। ਸਾਹਿਬ ਕਹਿੰਦੇ ਸਭ ਕਰ ਲੈ, ਪਰ ਜੇ ਤੈਨੂੰ ਸਿਮਰਨ ਹੀ ਭੁੱਲ ਗਿਆ, ਰੱਬ ਭੁੱਲ ਗਿਆ, ਅਕਾਲ ਪੁਰਖ ਵਾਹਿਗੁਰੂ ਭੁੱਲ ਗਿਆ, ਇਨਸਾਨੀਅਤ ਭੁੱਲ ਗਈ, ਇਨਸਾਨੀਅਤ ਬਣਾਉਣ ਵਾਲੇ ਉਸ ਕਰਤਾਰ ਦੀ ਯਾਦ ਭੁੱਲ ਗਈ, ਜੀਵਨ ਬੇਕਾਰ ਆ। ਮਹਾਰਾਜ ਜੀ ਬਿਆਨ ਕਰਦੇ ਨਵ ਖੰਡਨ ਕੋ ਰਾਜ ਕਮਾਵੈ ਅੰਤ ਚਲੈ ਗੁਹਾਰੀ। ਅਖੀਰ ਨੌ ਖੰਡਾਂ ਦਾ ਰਾਜਾ ਵੀ ਹੋਏ, ਪਰ ਜੇ ਰੱਬ ਭੁੱਲ ਗਿਆ ਹੈਗਾ, ਅਖੀਰ ਜੀਵਨ ਹਾਰ ਕੇ ਜਾਏਗਾ, ਹਾਰਿਆ ਹੋਇਆ ਜੀਵਨ ਬਤੀਤ ਕਰੇਗਾ। ਅੰਦਲੇ ਵਾਕ ਨੇ ਬਿਲਕੁਲ, ਗੁਣ ਨਿਧਾਨ ਗੁਣ ਤਿੰਨ ਹੀ ਗਾਏ ਜਾਂ ਕੋ ਕਿਰਪਾ ਤਾਰੀ। ਗੁਣ ਨਿਧਾਨ, ਨਿਧਾਨ ਕਹਿੰਦੇ ਖਜ਼ਾਨੇ ਨੂੰ, ਰੱਬ ਜੀ ਗੁਣਾਂ ਦਾ ਖਜ਼ਾਨਾ ਹੈਗਾ। ਬੰਦੇ ਦੀ ਜ਼ਿੰਦਗੀ 'ਚ ਗੁਣ ਹੋਣਗੇ, ਬੰਦਾ ਆਪ ਖੁਸ਼ ਰਹਿ ਸਕੇਗਾ, ਦੂਜਿਆਂ ਨੂੰ ਖੁਸ਼ੀ ਦੇ ਸਕੇਗਾ। ਜੇ ਗੁਣਾਂ ਤੋਂ ਟੁੱਟ ਜਾਏਗਾ, ਆਪ ਵੀ ਦੁਖੀ ਹੋਏਗਾ, ਦੂਜਿਆਂ ਨੂੰ ਵੀ ਦੁੱਖ ਦੇਏਗਾ। ਗੁਣ ਹੀ ਖੁਸ਼ੀ ਹੈ, ਗੁਣ ਹੀ ਅਸਲ ਦੇ ਵਿੱਚ ਜਿਹੜਾ ਹੈਗਾ ਸਭ ਤਰ੍ਹਾਂ ਦਾ ਸੁੱਖ ਸੁੱਖ ਸਕੂਨ ਹੈ। ਜੇ ਗੁਣਾਤਮਕ ਪੱਖ ਦੇ ਉੱਤੇ ਆਪਣੇ ਆਪ ਨੂੰ ਸਰਬੁਲੰਦ ਕਰਨਾ ਆ,
ਦੇਖੋ ਗੱਲਾਂ ਇਹ ਹੁੰਦੀਆਂ ਨੇ। ਮੈਨੂੰ ਯਾਦ ਆ, ਮੈਂ ਇੱਥੇ ਇੱਕ ਸਾਡੇ ਸ਼ਹਿਰ ਵਿੱਚ ਬੜਾ ਪੜ੍ਹਿਆ ਲਿਖਿਆ ਇੱਕ ਰੇਡੀਓ ਹੋਸਟ ਆ, ਲੋਕ ਕਾਫੀ ਸੁਣਦੇ ਉਹਨੂੰ, ਅਤੇ ਉਹ ਨੋ ਡਾਊਟ ਚਲੋ ਕੁਆਲੀਫਿਕੇਸ਼ਨ ਹੈਗੀ ਉਹਦੇ ਕੋਲ ਉਸ ਤਰੀਕੇ ਦੇ ਨਾਲ। ਉਹ ਬਾਏ ਚਾਂਸ ਮੈਂ ਇੱਕ ਵਾਰੀ ਉਹਦੇ ਨਾਲ ਟੀ ਵੀ ਪ੍ਰੋਗਰਾਮ 'ਤੇ ਸੀਗਾ, ਅਤੇ ਉਹ ਥੋੜ੍ਹਾ ਹੁੰਦਾ ਕਿ ਬੰਦਾ ਬਾਣੀ ਕਹਿੰਦੇ ਨਾ ਆਪਸ ਕੋ ਦੀਰਘ ਕਰ ਜਾਣਾ ਔਰ ਉਹਨਾਂ ਕੋ ਲਗਮਾਤ, ਬੰਦਾ ਆਪਣੇ ਆਪ ਨੂੰ ਤੋਪ ਸਮਝਦਾ ਅਤੇ ਦੂਜਿਆਂ ਨੂੰ ਸਮਝਦਾ ਅਤੇ ਐਵੇਂ ਨਹੀਂ ਇਹਨਾਂ ਨੂੰ ਕੀ ਪਤਾ ਹੈਗਾ, ਅਤੇ ਉਹ ਬੰਦੇ ਦਾ ਦਿਮਾਗ ਖਰਾਬ ਹੋਣ ਲੱਗਾ, ਦੇਰ ਥੋੜ੍ਹਾ ਲੱਗਦੀ ਹੈ। ਅਤੇ ਬਾਏ ਚਾਂਸ ਪ੍ਰੋਗਰਾਮ ਹੋ ਰਿਹਾ ਸੀਗਾ ਕਿ ਜਿਹੜਾ ਹੈ ਅੱਜ ਦੇ ਮਾਹੌਲ ਦੇ ਵਿੱਚ ਰਿਲੀਜਨ ਵਰਸਸ ਏਥੀਜ਼ਮ, ਇਹਦੇ ਉੱਤੇ ਡਿਬੇਟ ਹੋ ਰਹੀ। ਕੁਝ ਜਿਹੜੇ ਰੈਸ਼ਨਲਿਸਟ ਨੇ ਉਹ ਬੁਲਾਏ ਗਏ, ਕੁਝ ਧਾਰਮਿਕ ਤੌਰ 'ਤੇ ਬੰਦੇ ਬੁਲਾਏ ਗਏ। ਉਹਦੇ 'ਚ ਮੈਂ ਵੀ ਸੀਗਾ, ਪੈਨਲ ਸੀਗਾ, ਗੱਲਬਾਤ ਹੋ ਰਹੀ ਹੈ ਅਤੇ ਗੱਲਬਾਤ ਦੇ ਦੌਰਾਨ ਅਖੀਰ ਗੱਲ ਇਹ ਆਈ ਕਿ ਕਹਿੰਦਾ ਦੇਖੋ ਜੀ ਐਥਿਕਸ 'ਤੇ ਗੱਲ ਆਈ ਵੀ ਐਥਿਕਸ ਬਹੁਤ ਜ਼ਰੂਰੀ ਹੁੰਦੇ ਨੇ। ਕਹਿੰਦਾ ਆਪਣੀ ਗੱਲ ਇਸ ਰੂਪ ਵਿੱਚ ਕਰਦਾ, ਕਹਿੰਦਾ ਵੀ ਆਈ ਡੋਂਟ ਥਿੰਕ ਇਫ ਵੀ ਵਾਂਟ ਟੂ ਲਿਵ ਆਵਰ ਲਾਈਫ ਅਕੋਰਡਿੰਗ ਟੂ ਐਥਿਕਸ ਔਰ ਵੀ ਵਾਂਟ ਟੂ ਐਕਚੁਲੀ ਫੋਲੋ ਐਥਿਕਸ, ਵੀ ਸ਼ੁੱਡ ਫੋਲੋ ਦਾ ਰਿਲੀਜੀਅਸ ਵੈਲਿਊਸ। ਨੋ 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 ਨੋ, ਵੀ ਡੋਂਟ ਨੀਡ ਰਿਲੀਜਨ, ਜਸਟ ਵੀ ਨੀਡ ਐਥਿਕਸ, ਦੈਟਸ ਇਟ। ਇਹ ਕਹਿ ਕੇ ਬ੍ਰੇਕ 'ਤੇ ਚਲਾ ਗਿਆ, ਬ੍ਰੇਕ ਤੋਂ ਵਾਪਸ ਆਇਆ, ਹਾਂਜੀ ਲੈਟਸ ਐਕਚੁਲੀ ਆਸਕ ਸਮ ਅਦਰ ਕੁਸ਼ਚਨਸ ਟੂ ਯੂ ਗਾਇਜ਼, ਉਹ ਕੁਛ ਸਵਾਲ ਪੁੱਛਣ ਲੱਗਾ। ਮੈਂ ਕਿਹਾ ਇੱਕ ਪੱਲੀ ਰੋਕ, ਜਿਹੜੀ ਗੱਲ ਬ੍ਰੇਕ ਤੋਂ ਪਹਿਲਾਂ ਜਾਣ ਤੋਂ ਪਹਿਲਾਂ ਕੀਤੀ ਸੀ ਉਸੇ ਗੱਲ 'ਤੇ ਗੱਲ ਤੁਰਦੇ ਹਾਂ ਅੱਗੇ। ਕਹਿੰਦਾ ਵਟ ਡੂ ਯੂ ਮੀਨ ਬਾਏ ਸੇਇੰਗ ਇਟ? ਮੈਂ ਕਿਹਾ ਮਤਲਬ ਇਹਦਾ ਹੀ ਹੈ ਕਿ ਯੂ ਆਰ ਆਸਕਿੰਗ ਕਿ ਦੇਰ ਇਜ਼ ਨੋ ਨੀਡ ਫਾਰ ਰਿਲੀਜਨ, ਵੀ ਸ਼ੁੱਡ ਹੈਵ ਸਮ ਐਥਿਕ ਵੈਲਿਊਸ ਐਂਡ ਦੈਟਸ ਐਨਫ। ਕਹਿੰਦਾ ਯੈਸ, ਵਟ ਡੂ ਯੂ ਵਾਂਟ ਟੂ ਸੇ ਔਨ ਇਟ? ਮੈਂ ਕਿਹਾ ਓਕੇ, ਤੂੰ ਮੈਨੂੰ ਇਹ ਦੱਸ ਰਿਹਾ ਵੀ ਆਪਾਂ ਨੂੰ ਸਿਰਫ ਨਾ ਜਿਹੜਾ ਹੈਗਾ ਖਾਣ ਵਾਸਤੇ ਐਪਲ ਚਾਹੀਦੇ ਨੇ, ਔਰੇਂਜਸ ਚਾਹੀਦੇ ਨੇ, ਮੈਂਗੋਜ਼ ਚਾਹੀਦੇ ਨੇ, ਵੀ ਡੋਂਟ ਨੀਡ ਟ੍ਰੀਜ਼। ਉਹ ਕਹਿੰਦਾ ਮੈਂ ਸਮਝਿਆ ਨਹੀਂ। ਮੈਂ ਕਿਹਾ ਸਮਝ ਤਾਂ ਗਿਆ, ਤੂੰ ਹੁਣ ਅਗਲੀ ਗੱਲ ਆਪ ਫੋਲੋ ਕਰ ਰਹੇ ਨੂੰ। ਜਿਹੜੇ ਐਥਿਕਸ ਦੀ ਗੱਲ ਕਰਦਾ ਹੈਗਾ, ਇਹ ਐਥਿਕਸ ਦਾ ਰੂਟ ਕੀ ਹੈ? ਐਥੀਕਲ ਦੇ ਵਿੱਚ ਅਸੀਂ ਗੱਲ ਕਰਾਂਗੇ ਕੰਪੈਸ਼ਨੇਟ ਹੋਣ ਦੀ, ਤਰਸ, ਦਇਆ। ਦਇਆ ਕਿੱਥੋਂ ਸਿੱਖੇਗਾ? ਜੇ ਧਰਮ ਦੇ ਰਾਹ 'ਤੇ ਆਏਗਾ ਤੈਨੂੰ ਮਿਲੇਗਾ ਉਹ ਲੋਕ, ਉਹ ਰੂਹਾਨੀ ਪੁਰਖ, ਉਹ ਪ੍ਰੋਫਿਟਸ, ਉਹ ਪੈਗੰਬਰ, ਉਹ ਲੋਕ ਜਿਨ੍ਹਾਂ ਨੇ ਆਪਣੀਆਂ ਜਾਨਾਂ ਦਿੱਤੀਆਂ ਮਨੁੱਖਤਾ ਵਾਸਤੇ। ਦਇਆ ਇੱਥੋਂ ਸਮਝ ਆਉਂਦੀ ਹੈ। ਐਕਸਟ੍ਰੀਮ ਐਗਜ਼ਾਮਪਲ ਆ, ਕੋਈ ਆਪਣੀ ਜਾਨ ਦੇ ਰਿਹਾ ਮਨੁੱਖਤਾ ਵਾਸਤੇ। ਤੁਸੀਂ ਦੇਖੋ ਨਾ ਸਿੱਖੀ ਦੇ ਆਸ਼ੇ ਦੇ 'ਚ, ਦਿੱਲੀ ਦੇ 'ਚ ਪਿੱਛੇ ਇੰਨੇ ਘਟਨਾਵਾਂ ਵਾਪਰੀਆਂ, ਮਤਲਬ ਘਰ ਸਾੜ 'ਤੇ ਲੋਕਾਂ ਦੇ, ਕਤਲੋ ਗਾਰਤ ਹੋਈ, ਗੁਰਦੁਆਰਿਆਂ ਦੇ ਦਰਵਾਜ਼ੇ ਖੁੱਲ੍ਹੇ, ਲੋਕਾਂ ਨੂੰ ਸ਼ੈਲਟਰ ਮਿਲਿਆ, ਫੂਡ ਮਿਲਿਆ, ਸਭ ਉਸ ਚੀਜ਼। ਇਹਦੇ ਪਿੱਛੇ ਰੂਟਸ ਪਏ ਨੇ, ਰੂਟਸ ਕਈ ਪਏ ਨੇ, ਗੁਰੂ ਤੇਗ ਬਹਾਦਰ ਸਾਹਿਬ। ਤੁਸੀਂ ਸੀਸਗੰਜ ਗੁਰਦੁਆਰਾ ਸਾਹਿਬ ਮੱਥਾ ਟੇਕਦੇ ਹੋ, ਜਾ ਕਿਸੇ ਨੇ ਸੀਸ ਦਿੱਤਾ ਆਪਣਾ ਮਨੁੱਖਤਾ ਵਾਸਤੇ, ਅਤੇ ਜੇ ਉਹਨਾਂ ਦੇ ਫੋਲੋਵਰਸ ਨੇ ਅੱਜ ਆਪਣੀ ਸੀਸ ਤਲੀ 'ਤੇ ਰੱਖ ਕੇ ਉਹਨਾਂ ਭੀੜਾਂ ਗਲੀਆਂ 'ਚ ਜਾ ਕੇ ਲੋਕਾਂ ਦੀ ਮਦਦ ਕਰਦੇ, ਇਹ ਰੂਟਸ ਨੇ। ਜੇ ਦਰਖਤ ਹੈ ਉਹਨੂੰ ਫਲ ਵੀ ਲੱਗੇਗਾ, ਜੇ ਦਰਖਤ ਹੀ ਨਹੀਂ ਫਲ ਕਿੱਥੋਂ ਲੱਗ ਜਾਏਗਾ? ਗੁਣ ਜਿਹੜੇ ਨੇ ਇਹ ਤਾਂ ਹੀ ਉਸ ਰੂਪ 'ਚ ਪਨਪਦੇ ਅਤੇ ਆਉਂਦੇ ਨੇ ਜੇ ਉਹਨਾਂ ਵਾਸਤੇ ਕੁਝ ਰੂਟਸ ਹੋਣ, ਕੁਝ ਜੜ੍ਹਾਂ ਹੋਣ। ਹੁਣ ਇਹ ਜਿਹੜੀ ਚੀਜ਼ ਆ, ਉਹ ਉਸ ਤੋਂ ਬਾਅਦ ਫਿਰ ਉਹਨੂੰ ਪਤਾ ਲੱਗ ਗਿਆ ਵੀ ਹਾਂ, ਹਰ ਥਾਂ 'ਤੇ ਇਸ ਤਰ੍ਹਾਂ ਨਹੀਂ ਕਿ ਮਰਜ਼ੀ ਚੱਲਦੀ ਹੈ, ਕੁਝ ਚੀਜ਼ਾਂ ਜਿਹੜੀਆਂ ਨੇ ਉਹ ਬੇਸ ਲਾਈਨ ਵੀ ਹੁੰਦੀ ਹੈ। ਸਾਹਿਬ ਮਹਾਰਾਜ ਨੇ ਬਿਆਨ ਕੀਤਾ ਕਿ ਦੇਖ ਤੈਨੂੰ ਗੁਣ ਨਿਧਾਨ, ਗੁਣਾਂ ਦਾ ਖਜ਼ਾਨਾ। ਰੱਬ ਦੀ ਗੱਲ ਹੀ ਗੁਣਾਂ ਤੋਂ ਸ਼ੁਰੂ ਹੁੰਦੀ। ਗੁਰੂ ਮਹਾਰਾਜ ਤਾਂ ਇੱਥੋਂ ਤੱਕ ਬਚਨ ਕਹਿੰਦੇ ਵੀ ਅਕਾਲ ਪੁਰਖ ਵਾਹਿਗੁਰੂ ਜੀ, ਗੱਲ ਇਹ ਹੈ ਵੀ ਆਪਣੇ ਕੋਲ ਤਾਂ ਕੁਝ ਨਹੀਂ ਹੈਗਾ, ਸਭ ਗੁਣ ਤੇਰੇ, ਮੈਂ ਨਾ ਹੀ ਕੋਏ, ਸਾਰੇ ਗੁਣਾਂ ਦਾ ਮਾਲਕ ਤੂੰ ਹੈ, ਆਪਾਂ ਤਾਂ ਹੈ ਹੀ ਕੁਝ ਨਹੀਂ, ਪਰ ਮੈਨੂੰ ਇਹ ਪੱਕਾ ਪਤਾ ਆ ਵੀ ਸਭ ਗੁਣ ਤੇਰੇ, ਮੈਂ ਨਾ ਹੀ ਕੋਏ, ਵਿਣ ਗੁਣ ਕੀਤੇ ਭਗਤ ਨਾ ਹੋਏ। ਜੇ ਤੇਰੀ ਭਗਤੀ ਵੀ ਕਰਨੀ ਹੈ ਮੈਨੂੰ ਤੇਰੇ ਗੁਣ ਚਾਹੀਦੇ ਨੇ। ਤੂੰ ਗੁਣ ਤਰਸ ਕਰੇਗਾ ਮੇਰੇ 'ਤੇ, ਕੁਝ ਗੁਣਾਤਮਕ ਪੱਖ ਤੋਂ ਉੱਚਾ ਹੋਵਾਂਗਾ ਤਾਂ ਤਾਂ ਭਗਤ ਬਣਾਂਗਾ ਤੇਰਾ। ਗੁਣ ਨਿਧਾਨ, ਗੁਣ ਤਿੰਨ ਹੀ ਗਾਏ, ਜਾਂ ਕੋ ਕਿਰਪਾ ਤਾਰੀ।
ਜੇ ਤੂੰ ਤਰਸ ਕਰੇ ਅਕਾਲ ਪੁਰਖ ਜੀ ਤਾਂ ਜਾ ਕੇ ਗੁਣੀ ਨਿਧਾਨ ਤੇਰੇ ਗੁਣ ਗਾਣ ਦੇ ਕਾਬਲ ਅਸੀਂ ਹੋ ਸਕਦੇ ਹਾਂ, ਤੇਰੇ ਗੁਣਾਂ ਦੇ ਕੁਝ ਅਸੀਂ ਹਿੱਸੇਦਾਰ ਭਾਈਵਾਲ ਬਣ ਸਕਦੇ ਹਾਂ। ਗੱਲ ਇਹ ਹੈ ਖੁਆਰੀ ਪਹਿਲਾਂ ਆਇਆ ਸੀ ਹਰ ਬਿਸਰ ਸਦਾ ਖੁਆਰੀ, ਖੁਆਰੀ ਦੇ ਬਿਲਕੁਲ ਓਪੋਜ਼ਿਟ ਸੁਖੀ ਜੀਵਨ ਆ। ਅਤੇ ਸਾਹਿਬ ਨੇ ਇੱਥੇ ਬਚਨ ਲਿਖਿਆ ਸੋ ਸੁਖੀ ਆ ਧੰਨ ਉਸ ਜਨਮ, ਉਹਦਾ ਜੀਵਨ ਧੰਨ ਆ, ਉਹ ਮਹਾਂਸੁਖੀ ਆ ਸੰਸਾਰ ਦੇ ਵਿੱਚ। ਨਾਨਕ ਤਿਸ ਬਲਿਹਾਰੀ ਹੈ, ਨਾਨਕ ਮੈਂ ਉਹਦੇ ਤੋਂ ਬਲਿਹਾਰ ਜਾਣਾ, ਜਿਹੜਾ ਹਰੀ ਨੂੰ ਵਸਾਰਦਾ ਨਹੀਂ ਗਾ, ਰੱਬ ਨੂੰ ਆਪਣੇ ਚੇਤੇ 'ਚੋਂ ਕਦੀ ਵੀ, ਅਕਾਲ ਪੁਰਖ ਵਾਹਿਗੁਰੂ ਨੂੰ ਆਪਣੀ ਚੇਤਨਤਾ ਦੇ ਵਿੱਚੋਂ, ਆਪਣੀ ਚੇਤਨਤਾ ਦੇ ਵਿੱਚੋਂ ਕਦੀ ਦੂਰ ਨਹੀਂ ਕਰਦਾ। ਸਾਹਿਬ ਰਹਿਮਤ ਕਰਨ ਐਸੇ ਆਲਮੀ ਅਲਾਹੀ ਅਗੰਮੀ ਵਾਕਿਆ ਜੋ ਸਾਨੂੰ ਚੰਗੇਰੀ ਪ੍ਰੇਰਣਾ ਮਿਲੇ ਇਹਦੀਆਂ ਬੇਨਤੀਆਂ ਨਾਲ। ਖਿਮਾ ਜਿਵੇਂ ਆਪ ਦੇਖ ਰਹੇ ਹੋ ਵੱਡੇ ਲੈਵਲ 'ਤੇ ਗੌਰਮੈਂਟਸ ਵੀ ਅਨਾਊਂਸਮੈਂਟ ਕਰ ਰਹੀਆਂ ਨੇ ਸਭ ਚੀਜ਼ਾਂ, ਆਪ ਸਮੂਹ ਸੰਗਤ ਵੀ ਉਹਦੇ ਅਕੋਰਡਿੰਗਲੀ ਪ੍ਰੀਕੋਸ਼ਨਸ ਲਵੋ, ਜਿਹੜਾ ਹੈਗਾ ਜਿਹਨੂੰ ਅਸੀਂ ਸੋਸ਼ਲ ਡਿਸਟੈਂਸ ਕਹਿੰਦੇ ਹਾਂ ਕ੍ਰੀਏਟ ਕਰਨਾ, ਕਿਸੇ ਦੇ ਕਲੋਜ਼ ਬਾਈ ਨਾ ਹੋਣਾ, ਜੇ ਅਸੀਂ ਬਾਹਰੋਂ ਕਿਤੋਂ ਟਰੈਵਲ ਕਰਕੇ ਆਏ ਹੋ ਆਪਣੇ ਆਪ ਨੂੰ ਪਬਲਿਕਲੀ ਨਾ ਲੈ ਕੇ ਜਾਓ। ਵੈਸੇ ਵੀ ਪਬਲਿਕਲੀ ਜਿਹੜਾ ਹੈਗਾ ਹਾਈਜੀਨ ਦਾ ਖਿਆਲ ਰੱਖੋ, ਹੱਥ ਵਗੈਰਾ ਚੰਗੀ ਤਰ੍ਹਾਂ ਧੋਵੋ, ਸਭ ਚੀਜ਼ਾਂ ਦਾ ਪਰਹੇਜ਼ਗਾਰ ਹੋਵੋ, ਅਤੇ ਵੱਡੇ ਵੱਡੇ ਇਕੱਠਾ ਲਾਂ ਕਿ ਗੁਰਦੁਆਰੇ ਸੰਗਤ ਜ਼ਰੂਰ ਆਓ ਜੀ, ਆਇਆਂ ਨੂੰ ਇਸ ਰੂਪ ਵਿੱਚ ਮੱਥਾ ਟੇਕਣਾ, ਪਾਰਟੀਸਪੇਟ ਕਰਨਾ ਇਹ ਬੜਾ ਜ਼ਰੂਰੀ ਹੈ, ਪਰ ਉਹਦੇ ਵਿੱਚ ਵੀ ਜਿਹੜੀਆਂ ਥੋੜ੍ਹੀਆਂ ਆਪਣੀਆਂ ਬਾਉਂਡਰੀਜ਼ ਵਗੈਰਾ ਨੇ ਉਹਦਾ ਧਿਆਨ ਰੱਖੋ। ਇੰਨੀਆਂ ਕੁ ਬੇਨਤੀਆਂ ਨਾਲ ਖਿਮਾ ਭੁੱਲਾਂ ਗਲਤੀਆਂ ਨਾ ਚਿਤਾਰਦੇ ਹੋਏ ਸਤਿ ਪ੍ਰੇਮ ਕਹਿ ਦੇਣਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।